ਕਹਿੰਦੇ ਨੇ ਹਰ ਇਨਸਾਨ ਦੇ ਵਿੱਚ ਇੱਕ ਕਲਾਕਾਰ ਹੁੰਦਾ ਤੇ ਸਾਡੇ ਘਰਾਂ ਦੀਆਂ ਨੂਹਾਂ ਨੂੰ ਨਾ ਵਾਹਿਗੁਰੂ ਨੇ ਕੁਝ ਅਲੱਗ ਹੀ ਕਲਾ ਦੇ ਕੇ ਭੇਜਿਆ ਹੁੰਦਾ ਇਹਨਾਂ ਨੂੰ ਕਲਾ ਮਿਲੀ ਹੁੰਦੀ ਹੈ ਹਰ ਤਰ੍ਹਾਂ ਦੇ ਰਿਸ਼ਤੇ ਨੂੰ ਸੰਜੋ ਕੇ ਰੱਖਣ ਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸੁਪਰ ਸਟਾਰ ਨੂ ਸੀਜ਼ਨ 2 ਦੇ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਪਹੁੰਚੀ ਹੋਈ ਹਾਂ ਵਾਹਿਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਆਪਣੀ ਅਗਲੀ ਕਲਾਕਾਰ ਸੁਪਰ ਸਟਾਰ ਨੂ ਨੂੰ ਲੱਭਣ ਲਈ ਤੇ ਤੁਹਾਨੂੰ ਪਤਾ ਹੈ ਜਿਹੜੀ ਅੱਜ ਦੀ ਸੁਪਰ ਸਟਾਰ ਨੂ ਹੈ ਨਾ ਇਹਨਾਂ ਦੇ ਹਸਬੈਂਡ ਨੂੰ ਵਾਕਈ ਲੱਗਦਾ ਹੈ ਕਿ ਉਹ ਇੱਕ ਕਲਾਕਾਰ ਹੈ ਤੁਹਾਨੂੰ ਦੱਸਾਂ ਕਿਵੇਂ ਆਓ ਦੇਖਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਤੁਹਾਡਾ ਆਪਣਾ ਕਵਲਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜਦੋਂ ਵੇਖੋ ਆਪਣੀਆਂ ਵੀਡੀਓ ਹੀ ਬਣਾਉਂਦੇ ਰਹਿੰਦੇ ਆ ਕਦੀ ਮੇਰੀ ਵੀਡੀਓ ਵੀ ਬਣਾ ਦਿਆ ਕਰੋ ਦੱਸ ਤੇਰੀ ਵੀਡੀਓ ਬਣਾਉਣ ਦੀ ਕੀ ਜ਼ਰੂਰਤ ਆ ਤੂੰ ਤੇ ਉਦਾਂ ਹੀ ਸੁਪਰ ਸਟਾਰ ਵਾਂ ਉਹ ਕਿਵੇਂ ਲੈ ਸਾਰਾ ਘਰ ਸੰਭਾਲਦੀ ਆ ਸਾਰੀ ਘਰ ਦੀ ਜ਼ਿੰਮੇਵਾਰੀ ਚੁੱਕੀ ਆ ਤੇ ਸੁਪਰ ਸਟਾਰ ਨੂੰ ਹੀ ਹੋਈ ਫਿਰ ਮੈਨੂੰ ਕਦੀ ਲੈ ਕੇ ਤਾਂ ਗਏ ਨਹੀਂ ਸੁਪਰ ਸਟਾਰ ਨੂੰ ਸ਼ੋਅ ਦੇ ਵਿੱਚ ਇਹ ਕਿਹੜੀ ਗੱਲ ਕਰ ਦਿੱਤੀ ਤੂੰ ਚੱਲ ਹੁਣੇ ਚੱਲਦੇ ਆ ਚੱਲ ਦੇਖਿਆ ਤੁਸੀਂ ਕਿ ਕਿੱਦਾਂ ਸਾਡੀ ਅੱਜ ਦੀ ਸੁਪਰ ਸਟਾਰ ਨੂੰ ਕਲਾਕਾਰ ਬਣਨਾ ਚਾਹੁੰਦੀ ਹੈ ਲੇਕਿਨ ਉਹਨਾਂ ਦੇ ਹਸਬੈਂਡ ਵਾਸਤੇ ਤਾਂ ਉਹ ਆਲਰੇਡੀ ਇੱਕ ਕਲਾਕਾਰ ਹੈਗੀ ਹੈ ਮੈਂ ਤਾਂ ਬਹੁਤ ਐਕਸਾਈਟਿਡ ਆ ਸਾਡੀ ਅੱਜ ਦੀ ਕਲਾਕਾਰ ਸੁਪਰ ਸਟਾਰ ਨੂ ਨੂੰ ਮਿਲਣ ਲਈ ਕਿ ਤੁਸੀਂ ਵੀ ਹੈਗੇ ਹੋ ਆਓ ਫਿਰ ਚੱਲਦੇ ਆ ਤੇ ਮਿਲਦੇ ਆ ਅੱਜ ਦੀ ਸਾਡੀ ਸੁਪਰ ਸਟਾਰ ਨੂ ਨੂੰ ਸਤਿ ਸ਼੍ਰੀ ਅਕਾਲ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਤੁਹਾਡੇ ਹਸਬੈਂਡ ਤੋਂ ਮੈਂ ਤੁਹਾਡੇ ਬਹੁਤ ਤਾਰੀਫਾਂ ਸੁਣ ਲਿਆ ਕਿ ਤੁਸੀਂ ਵਾਕਈ ਸੁਪਰ ਸਟਾਰ ਨੂ ਹੋ ਉਹ ਕਹਿ ਰਹੇ ਸੀ ਕਿ ਤੁਸੀਂ ਆਲਰੇਡੀ ਕਲਾਕਾਰ ਹੋ ਹਾਂਜੀ ਜੀ ਮੈਨੂੰ ਮਤਲਬ ਬਚਪਨ ਤੋਂ ਹੀ ਬਹੁਤ ਸ਼ੌਂਕ ਸੀਗਾ ਐਕਟਿੰਗ ਕਰਨ ਦਾ ਮੈਂ ਸੁਪਨੇ ਦੇਖਦੀ ਰਹਿੰਦੀ ਹੁੰਦੀ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਦੀ ਹਾਂ ਓਕੇ ਨਾਈਸ ਤੇ ਉਸ ਤੋਂ ਬਾਅਦ ਜਦੋਂ ਮੈਰਿਜ ਹੋਈ ਆ ਤੇ ਅਸੀਂ ਇੱਕ ਚੈਨਲ ਬਣਾਇਆ ਆਪਣਾ ਅੱਛਾ ਤੇ ਅਸੀਂ ਉਹਦੇ ਉੱਪਰ ਸਾਰੀ ਫੈਮਿਲੀ ਕੰਮ ਕਰਦੇ ਹਾਂ ਫੈਮਿਲੀ ਦੀ ਗੱਲ ਹੋਈ ਹੈ ਮੈਨੂੰ ਆਪਣੀ ਫੈਮਿਲੀ ਨਾਲ ਤਾਂ ਇੰਟਰੋਡਿਊਸ ਕਰਵਾਓ ਬਹੁਤ ਜ਼ਿਆਦਾ ਤੁਹਾਡੇ ਮੈਂਬਰਸ ਜਿਹੜੇ ਇੱਥੇ ਬੈਠੇ ਹੋਏ ਆ ਇਹ ਨੇ ਮੇਰੇ ਹਸਬੈਂਡ ਜੀ ਇਹਨਾਂ ਦਾ ਬਿਲਕੁਲ ਮੈਂ ਜਾਣਦੀ ਹਾਂ ਕਮਲਜੋਤ ਸਿੰਘ ਤੇ ਅੱਗੇ ਨੇ ਜੀ ਮੇਰੇ ਫਾਦਰ ਸਾਹਿਬ ਮੈਂ ਜ਼ਿਆਦਾਤਰ ਇਹਨਾਂ ਨੂੰ ਆਪਣੇ ਫਾਦਰ ਹੀ ਕਹਿੰਦੀ ਹਾਂ ਸਹੁਰਾ ਨਹੀਂ ਕਹਿੰਦੀ ਤੇ ਅੱਗੇ ਨੇ ਮੇਰੇ ਮਦਰ ਸੁਖਵਿੰਦਰ ਕੌਰ ਤੇ ਅੱਗੇ ਨੇ ਜੀ ਮੇਰੀ ਫਰੈਂਡ ਹਰਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਤੇ ਉਹਨਾਂ ਦੇ ਨਾਲ ਬੈਠਾ ਹੈ ਮੇਰਾ ਕਜ਼ਨ ਜੋ ਕਿ ਮੇਰੇ ਬ੍ਰਦਰ ਵਰਗਾ ਹੀ ਹੈ ਅੱਛਾ ਹਾਂਜੀ ਤੇ ਅੱਗੇ ਆਪਾਂ ਚੱਲਦੇ ਹਾਂ ਮੇਰਾ ਬੇਟਾ ਕਰਨਵੀਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਉਹਨਾਂ ਦੇ ਲਾਗੇ ਬੈਠੇ ਨੇ ਮੇਰੇ ਫਰੈਂਡ ਦੇ ਹਸਬੈਂਡ ਸਤਿ ਸ਼੍ਰੀ ਅਕਾਲ ਜੀ ਨਾਲ ਹੀ ਬੈਠੇ ਨੇ ਜੀ ਮੇਰੇ ਦਾਦੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਤੇ ਉਸ ਤੋਂ ਅੱਗੇ ਚੱਲਦੇ ਆ ਜੀ ਮੇਰੀ ਨਣਾਨ ਬੜੀ ਪਿਆਰੀ ਜੀ ਤੇ ਸਵੀਟ ਆ ਤੇ ਨਾਲ ਹੀ ਮੇਰਾ ਨਣਾਨ ਭਈਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੰਦੀਪ ਜੀ ਇਹ ਤਾਂ ਤੁਹਾਡਾ ਸਹੁਰਾ ਪਰਿਵਾਰ ਹੈ ਸਾਰਾ ਤੇ ਸਾਰਿਆਂ ਨੂੰ ਮਿਲ ਕੇ ਚੰਗਾ ਵੀ ਬਹੁਤ ਲੱਗਿਆ ਪੇਕੇ ਪਰਿਵਾਰ ਚੋਂ ਅੱਜ ਨਹੀਂ ਤੁਸੀਂ ਕਿਸੇ ਨੂੰ ਸੱਦਿਆ ਤੇ ਪੇਕੇ ਪਰਿਵਾਰ ਬਾਰੇ ਵੀ ਤਾਂ ਥੋੜਾ ਬਹੁਤਾ ਦੱਸੋ ਮੇਰੇ ਪੇਕੇ ਨੇ ਜੀ ਦੋ ਜਗ੍ਹਾ ਹਰ ਕਿਸੇ ਦੀ ਕੁੜੀ ਦਾ ਨਾ 21 ਪੇਕੇ ਹੁੰਦੇ ਦੋ ਪੇਕੇ ਕਿੱਦਾਂ ਪਰ ਮੇਰੇ ਦੋ ਜਗ੍ਹਾ ਆ ਨਾ ਇੱਕ ਪੇਕੇ ਆ ਜੀ ਮੇਰੇ ਮਾਸੀ ਜੀ ਦੇ ਉਹਨਾਂ ਨੇ ਮੈਨੂੰ ਲਿਆ ਸੀਗਾ ਛੋਟੇ ਹੁੰਦਿਆਂ ਨੂੰ ਅੱਛਾ ਹਾਂ ਤੇ ਮੇਰੇ ਜਿਹੜੇ ਅਸਲੀ ਪੇਕੇ ਆ ਉਹ ਮੇਰੇ ਸਹੁਰਾ ਪਿੰਡ ਦੇ ਨਾਲ ਹੀ ਪੈਂਦੇ ਆ ਕਿਉਂਕਿ ਮੇਰੀ ਮੈਰਿਜ ਜਿਹੜੀ ਆ ਮੇਰੀ ਮਾਸੀ ਜੀ ਦੀ ਨੂੰਹ ਨੇ ਕੀਤੀ ਆ ਇੱਕ ਮਿੰਟ ਬਹੁਤ ਕਨਫਿਊਜ਼ਨ ਹੈ ਤੁਹਾਡੀਆਂ ਤਾਂ ਮਿਲਣਾ ਤਿੰਨ ਤਿੰਨ ਮਾਮਾ ਫਿਰ ਇਸ ਹਿਸਾਬ ਹਾਂਜੀ ਹਾਂਜੀ ਬਿਲਕੁਲ ਸਮਝਣ ਦੇ ਵਿੱਚ 3 ਸਾਲ ਲੱਗ ਗਏ ਤੁਸੀਂ 3 ਮਿੰਟ ਜੇ ਕਿਤਾ ਸਮਝ ਲੋਗੇ ਮਤਲਬ ਤਿੰਨ ਮਾਵਾਂ ਜਿਨੇ ਜਨਮ ਦਿੱਤਾ ਇੱਕ ਜਿਨੇ ਪਾਲਿਆ ਤੇ ਇੱਕ ਜਿਨੇ ਕੰਨਿਆਦਾਨ ਕੀਤਾ ਮਤਲਬ ਅੱਗੇ ਤੋੜਿਆ ਹਾਂਜੀ ਜੀ ਵਾਹ ਜੀ ਵਾਹ ਇਸ ਗੱਲ ਤੇ ਤਾਂ ਤਾਲੀਆਂ ਬੰਦੀਆਂ ਕਿ ਤੁਸੀਂ ਇਸ ਗੱਲੋਂ ਲੱਕੀ ਵੀ ਹੋ ਕਿ ਤੁਹਾਨੂੰ ਤਿੰਨ ਤਿੰਨ ਮਾਵਾਂ ਦਾ ਪਿਆਰ ਮਿਲਿਆ ਤੇ ਚੌਥੀ ਮਾਂ ਮੇਰੀ ਸਾਹਮਣੇ ਬੈਠੀ ਆ ਚੌਥੀ ਮਾਂ ਸਾਸੂ ਮਾਂ ਜਿਨ੍ਹਾਂ ਨੇ ਵਾਕਈ ਤੁਹਾਨੂੰ ਇੰਨਾ ਸਪੋਰਟ ਕੀਤਾ ਇੰਨਾ ਪਿਆਰ ਦਿੱਤਾ ਕਿ ਤੁਸੀਂ ਸੁਪਰ ਸਟਾਰ ਨੂੰ ਬਣ ਗਏ ਹੋ ਅੱਛਾ ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਜਿਵੇਂ ਤੁਹਾਡੀ ਮਾਸੀ ਨੇ ਤੁਹਾਨੂੰ ਲੈ ਲਿਆ ਉਸ ਦੀ ਕੋਈ ਖਾਸ ਵਜ੍ਹਾ ਰਹੀ ਸੀ ਹਾਂ ਮੇਰੀ ਮਾਸੀ ਜੀ ਦੀ ਕੋਈ ਵੀ ਬੇਟੀ ਨਹੀਂ ਹੈਗੀ ਅੱਛਾ ਤੇ ਉਹਨਾਂ ਦੇ ਜਿੱਦਾਂ 4 ਬੇਟੇ ਸੀ ਤੇ ਉਹਨਾਂ ਨੂੰ ਬੇਟੀ ਦੀ ਬੜੀ ਰੀਝ ਸੀ ਅੱਛਾ ਅਸੀਂ 3 ਸਿਸਟਰ ਸੀਗੀਆਂ ਸਾਡਾ ਇੱਕ ਸਿੰਗਲ ਬ੍ਰਦਰ ਸੀ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਦੇਣਾ ਤੁਸੀਂ ਇੱਕ ਸਾਨੂੰ ਦੇ ਦਿਓ ਅੱਛਾ ਫਿਰ ਮੈਂ ਉੱਥੇ ਰਹਿਣ ਲੱਗ ਗਈ ਵੱਡੇ ਹੋਏ ਤਾਂ ਬਸ ਮੈਰਿਜ ਕਰਕੇ ਇੱਥੇ ਆ ਗਏ ਆ ਤੇ ਸਹੁਰੇ ਆ ਕੇ ਤੁਹਾਨੂੰ ਬੜਾ ਸੋਹਣਾ ਪਰਿਵਾਰ ਵੀ ਮਿਲ ਗਿਆ ਕਮਲਜੀਤ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਦੋਂ ਇਹਨਾਂ ਨੇ ਦੱਸਿਆ ਜਾਂ ਤੁਹਾਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਐਕਟਿੰਗ ਦਾ ਸ਼ੌਂਕ ਹੈ ਉਸ ਤੋਂ ਬਾਅਦ ਤੁਹਾਡਾ ਕੀ ਰਿਸਪੌਂਸ ਸੀ ਅੱਧੀਆਂ ਗੱਲਾਂ ਤੇ ਮੈਡਮ ਝੂਠ ਹੀ ਬੋਲ ਗਈ ਆ ਐਕਚੁਅਲੀ ਸ਼ੌਂਕ ਇਹਦਾ ਨਹੀਂ ਸ਼ੌਂਕ ਮੇਰਾ ਹੈ ਕਹਿੰਦੇ ਆ ਨਾ ਕਿ ਜੁਗ ਨੂੰ ਜੁਗ ਟੱਕਰਦਾ ਹੈ ਤੇ ਬਸ ਉਹ ਗੱਲ ਹੋ ਗਈ ਹੈ ਕਿ ਤੁਹਾਡੇ ਸੰਜੋਗ ਮਿਲਿਆ ਸੇਮ ਤੁਹਾਡੇ ਸ਼ੌਂਕ ਸੀ ਤੇ ਤੁਸੀਂ ਸੇਮ ਰਲ ਗਏ ਹਾਂਜੀ ਹਾਂਜੀ ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦੀ ਸੀ ਕਿ ਮੇਰੇ ਵੀ ਮਨ ਦੇ ਵਿੱਚ ਇਹ ਚੀਜ਼ ਹੁੰਦੀ ਸੀ ਕਿ ਮੈਂ ਇਦਾਂ ਕਰਨ ਦੀ ਗੱਲਾਂ ਇਕੱਲੀ ਲੈ ਗਈ ਨਾ ਕਿ ਮੈਂ ਇਦਾਂ ਨਹੀਂ ਹੈ ਪਰ ਹੈਗਾ ਤੇ ਠੀਕ ਹੈ ਤੁਸੀਂ ਦੱਸੋ ਫਿਰ ਤੁਸੀਂ ਆਪਣਾ ਸ਼ੌਂਕ ਪੂਰਾ ਕਰਨ ਲਈ ਤੇ ਕਿੱਦਾਂ ਫਿਰ ਤੁਸੀਂ ਆਪਸ ਚ ਸਲਾਹ ਕੀਤੀ ਤੇ ਇੱਕ ਦੂਜੇ ਨੂੰ ਦੱਸਿਆ ਕਿ ਅਸੀਂ ਐਕਟਿੰਗ ਕਰਨੀ ਸਭ ਤੋਂ ਮੇਨ ਗੱਲ ਹੈ ਕਿ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਜਿੱਦਾਂ ਕਿ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ ਜੀ ਇਨਕਮ ਆਫ ਸੋਰਸ ਇਸ ਚੀਜ਼ ਨੂੰ ਮੇਨ ਰੱਖਦੇ ਹੋਏ ਬਾਕੀ ਚਲੋ ਸ਼ੌਂਕ ਵੀ ਪੂਰਾ ਹੀ ਤੇ ਮੈਂ ਪੂਰੀ ਆਪਣੇ ਤਨਦੇਹੀ ਦੇ ਨਾਲ ਕੰਮ ਕਰਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਚੈਨਲ ਬਣਾ ਕੇ ਤੇ ਉਹਨਾਂ ਨੂੰ ਗਰੋ ਕੀਤਾ ਸਟਾਰਟਿੰਗ ਦੇ ਵਿੱਚ ਮੈਂ
ਸੰਦੀਪ ਤੇ ਮੇਰੇ ਮੰਮਾ, ਫਿਰ ਸਾਰੇ ਜਣੇ ਮੈਨੂੰ ਸਪੋਰਟ ਕਰਦੇ ਗਏ ਤੇ ਫਿਰ ਸਾਡਾ ਕੰਮ ਬਹੁਤ ਸੋਹਣਾ ਚੱਲਦਾ ਗਿਆ। ਸੋ ਇਹ ਤਾਂ ਰਹੀ ਤੁਹਾਡੇ ਸੁਪਨਿਆਂ ਦੀ ਗੱਲ, ਤੁਹਾਡੇ ਕਰੀਅਰ ਦੀ ਗੱਲ, ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਐਜ਼ ਅ ਹਾਊਸ ਵਾਈਫ ਵੀ ਕੰਮ ਕੰਟੀਨਿਊ ਕਰ ਰਹੇ ਹੋ ਤੇ ਕਰੀਅਰ ਵੀ ਆਪ ਕਿੱਦਾਂ ਮਿਹਨਤ ਕਰਕੇ ਬਣਾਇਆ ਹੈ। ਹੁਣ ਬਾਰੀ ਹੈ ਸੰਦੀਪ ਜੀ ਇੱਕ ਗੇਮ ਖੇਲਣ ਦੀ, ਹਾਂਜੀ, ਜਿਹੜੀ ਕਿ ਵਾਕਈ ਤੁਹਾਨੂੰ ਪ੍ਰੂਫ ਕਰ ਦੇਗੀ ਕਿ ਤੁਸੀਂ ਕਲਾਕਾਰ ਹੈਗੇ ਹੋ। ਉਸ ਗੇਮ ਦਾ ਨਾਂ ਹੈ ਨੂੰ ਸਾਡੀ ਸੁਪਰ ਸਟਾਰ ਦੇਸੀ ਕਲਾਕਾਰ। ਰੈਡੀਓ ਫਿਰ? ਓਕੇ ਜੀ, ਖੇਡੀਏ ਫਿਰ। ਹਾਂਜੀ ਸਾਰੇ ਰੈਡੀਓ। ਗੇਮ ਦੇ ਰੂਲ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ। ਤੁਹਾਨੂੰ ਮੈਂ ਕੁਝ ਸ਼ਬਦ ਇੱਥੇ ਲਿਖ ਕੇ ਦਿਖਾਉਂਗੀ, ਤੁਸੀਂ ਉਹ ਸ਼ਬਦ ਇਹਨਾਂ ਨੂੰ ਸਮਝਾਉਣੇ ਹੈ ਕਿਸੇ ਤਰੀਕੇ। ਸੋ ਮੈਂ ਲਿਖਦੀ ਹਾਂ ਆਪਣਾ ਪਹਿਲਾ ਸ਼ਬਦ, ਇਹ ਸ਼ਬਦ ਜਿਹੜਾ ਤੁਸੀਂ ਇਸ਼ਾਰਿਆਂ ਦੇ ਨਾਲ ਸੰਦੀਪ ਜੀ ਨੂੰ ਸਮਝਾਉਣਾ ਹੈ, ਠੀਕ ਹੈ? ਸੋ ਸ਼ੁਰੂ ਹੋ ਜਾਓ। ਅੱਗੇ ਕਿਹੜੇ ਤਰੀਕੇ ਨਾਲ ਸਮਝਾਈਏ? ਬਾਲਟੀ ਫੜੀ? ਨਹੀਂ ਨਹੀਂ, ਕੁਛ ਚੁੱਕਿਆ? ਚੁੱਕਿਆ, ਕੁਛ ਚੁੱਕਿਆ। ਪੋਜੀਸ਼ਨ ਵੇਖ ਲੈ ਕਿਹੜੀ ਆ, ਚੁੱਕਣ ਵਾਲੀ ਕਿਹਾ ਪੋਜੀਸ਼ਨ ਹੋ ਗਈ, ਆਹ ਕਿਹੜੀ ਆ? ਆ ਕੀ ਆ ਮੁੱਠੀ? ਆ ਕੀ ਇਹਦੇ ਨਾਲ ਕੀ ਕਰੀਦਾ? ਇੱਦਾਂ ਕਰਕੇ ਧਾਰ ਕੱਢਣੀ, ਧਾਰਾ ਇੱਧਰ ਉੱਧਰ ਕਿੱਥੇ ਜਾ ਰਹੀ ਆ? ਇਹਨਾਂ ਦੀ ਐਕਟਿੰਗ ਜਿਹੜੀ ਇੱਥੇ ਕਮਜ਼ੋਰ ਪੈ ਗਈ ਹੈ, ਕਿਉਂਕਿ ਮੈਨੂੰ ਵੀ ਨਹੀਂ ਸਮਝ ਆ ਰਿਹਾ ਕਿ ਕਿਉਂ ਮੇਰਾ ਸ਼ਬਦ ਲੱਗਦਾ। ਚਲੋ ਮੈਂ ਇੱਕ ਹਿੰਟ ਦੇ ਦਿੰਦੀ ਹਾਂ ਸੰਦੀਪ ਜੀ, ਕਿ ਇਹ ਜਿਹੜਾ ਸ਼ਬਦ ਹੈ ਨਾ, ਇਹਦੇ ਅਗਰ ਮੈਂ ਇਹਨੂੰ ਤੋੜਾਂ, ਦੋਨਾਂ ਦੇ ਵਿੱਚ ਇੱਕ ਘਰ ਕਿਤੇ ਨਾ ਕਿਤੇ ਆਉਂਦਾ ਘਰ, ਤੇ ਇਹ ਇੱਕ ਫਿਲਮ ਦਾ ਨਾਮ ਵੀ ਹੈ। ਅੱਛਾ, ਫਿਲਮਾਂ ਤੇ ਇੰਨੀਆਂ ਵੇਖੀਆਂ ਹੀ ਨਹੀਂ ਆ ਤੇ ਹੁਣ ਮੈਂ ਯਾਦ ਕੀ ਕਰਾਂ? ਠੀਕ ਆ, ਹਾਂ ਤਕੜੀ ਘਰ, ਪਤਾ ਨੀ ਤਕੜੀ ਘਰ, ਤਕੜੀ ਘਰ ਤੁਰ ਗਈ। ਘਰ ਦੇ ਵਿੱਚ ਸਭ ਤੋਂ ਜ਼ਰੂਰੀ ਸਮਾਨ ਕਿਚਨ ਦੇ ਵਿੱਚ ਕੀ ਹੁੰਦਾ? ਸੌਦਾ। ਅਸੀਂ ਕੋਈ ਡੀਲ ਵੀ ਕਰਦੇ ਉਹਨੂੰ ਕੀ ਕਹਿੰਦੇ ਆ? ਸੌਦਾ। ਹੁਣ ਸੌਦਾ ਤੋਂ ਕਿਹੜੀ ਫਿਲਮ ਹੈ? ਸੌਦਾਗਰ। ਅਗਲੇ ਇਸ ਤੋਂ ਵੀ ਔਖੇ ਨੇ ਜੀ। ਸੋ ਅਗਲਾ ਸ਼ਬਦ ਹੈ ਜੀ, ਸਭ ਤੋਂ ਜ਼ਿਆਦਾ ਹੱਥ ਕਿਹਦੇ ਚ ਟਾਈਟ ਆ? ਅੱਗੇ ਅੱਗੇ ਹੁਣ ਇਸ਼ਾਰਿਆਂ ਚ ਸਮਝਾਣਾ ਕਿ ਇੱਥੇ ਲਿਖਿਆ ਕੀ ਹੈ। ਐਕਟਿੰਗ ਕਰਕੇ ਦੱਸੋ ਨਾ, ਐਕਟਿੰਗ ਉਹਦੀ ਕੀ ਕਰੀਏ? ਦੀਦੀ ਤੁਸੀਂ ਕਰੋ ਹੈ, ਸਿਰਫ ਇਸ਼ਾਰੇ, ਮੰਮੀ ਕੀ ਕਰਦੇ ਆ? ਚਲੋ ਤੁਸੀਂ ਐਕਟਿੰਗ ਕਰਕੇ ਦੱਸੋ। ਜਿਹੜਾ ਮੈਨੂੰ ਆਉਂਦਾ ਨੀ ਆਉਂਦਾ, ਜਿਹੜੀ ਐਕਟਿੰਗ ਕਿਹਦਾ ਕਰਦਾ? ਅੰਗਰੇਜ਼ੀ। ਤੁਸੀਂ ਸਹੀ ਬੋਲ, ਅੰਗਰੇਜ਼ੀ ਕਿੱਦਾਂ ਕਰ? ਹੁਣ ਆਹ ਵੀ ਅੰਗਰੇਜ਼ੀ ਸਮਝਾ ਕੇ ਦੱਸ, ਜਿਹੜੀ ਐਕਟਿੰਗ ਕਰਕੇ ਦੱਸ। ਅੰਗਰੇਜ਼ੀ ਦੀ ਐਕਟਿੰਗ ਕੋਈ ਵੀ ਨਹੀਂ। ਫਿਰ ਅਗਲਾ ਸ਼ਬਦ ਵਾਕਈ ਬਹੁਤ ਔਖਾ ਹੋਣ ਵਾਲਾ ਤੁਹਾਡੇ ਸਾਰਿਆਂ ਵਾਸਤੇ। ਚੰਗੀ ਤਰ੍ਹਾਂ ਸਮਝਾ ਲੈਣੀ, ਮੈਂ ਕੋਟ ਸੂਟ ਮੇਰਾ, ਚੁੰਨੀ ਮੇਰੀ, ਚੱਲੀ ਸੂਟ ਚੁੰਨੀ, ਹਾਂ ਲੈ ਦੇ ਸੂਟ ਸਵਾ ਦੇ। ਜ਼ਰੂਰੀ ਥੋੜਾ ਵੀ ਸੂਟ ਹੀ ਸਵਾਉਣਾ। ਸ਼ਾਪਿੰਗ ਸ਼ਾਪਿੰਗ? ਨਹੀਂ ਨਹੀਂ, ਤੂੰ ਜਾਨੀ ਆ, ਠੀਕ ਆ, ਜਦੋਂ ਵੀ ਕਦੇ ਉਹ ਕੰਮ ਜਾਣਾ ਹੁੰਦਾ ਵਾ, ਮੈਂ ਤੇਰੇ ਨਾਲ ਨਹੀਂ ਹੁੰਦਾ। ਸਾਲਾ ਹੈ, ਸਾਲਾ ਸਾਲਾ ਕਿੱਥੋਂ ਆ ਗਿਆ? ਪ੍ਰੀਤੀ ਦੁਕਾਨ ਹੈ, ਤੈਨੂੰ ਇਹ ਦੱਸਿਆ ਵਾ ਵੀ ਉਹ ਕਿਸੇ ਜਗ੍ਹਾ ਦਾ ਨਾਮ ਆ, ਠੀਕ ਆ, ਤੋੜ ਤੋਂ ਆਪੇ ਹਿਸਾਬ ਲਾ ਲਾ ਵੀ ਜਦੋਂ ਉਹ ਤੂੰ ਜਾਣਾ ਹੁੰਦਾ ਵਾ, ਠੀਕ ਆ, ਉਦੋਂ ਮੈਂ ਤੇਰੇ ਨਾਲ ਨਹੀਂ ਹੁੰਦਾ। ਬਟਾਲਾ? ਮੈਨੂੰ ਲੱਗਦਾ ਕਮਲ ਜੀ ਨੇ ਚੋਰੀ ਚੋਰੀ ਦੇਖ ਵੀ ਲਿਆ। ਸੋ ਅਗਲਾ ਸ਼ਬਦ ਹੈ ਗੱਡੀ। ਮੈਨੂੰ ਇੱਕ ਸਮਝਾਓ, ਇੱਦਾਂ ਕਿਹੜੀ ਗੱਡੀ? ਬੰਬੂ ਕਾਰ ਹੈ।
ਸ਼ਾਇਦ ਮੈਨੂੰ ਲੱਗਦਾ 50-50 ਹੈ ਸੀ ਕਰ ਲਵਾਂਗੇ ਗੈਸ ਬਿਲ ਬਿਲ ਦੀਆਂ ਗੱਲਾਂ ਤੁਹਾਡਾ ਆਖਰੀ ਕਲੂ ਲਿਖ ਰਹੀ ਹਾਂ ਮੈਂ ਸੌਖਾ ਹੀ ਲਿਖਿਓ ਬਿਲਕੁਲ ਸੰਦੀਪ ਜੀ ਹੁਣ ਨਾ ਮੈਂ ਤੁਹਾਡੇ ਪਰਿਵਾਰ ਨੂੰ ਥੋੜਾ ਹੋਰ ਜਾਣਾਂਗੀ ਲੇਕਿਨ ਤੁਹਾਡੇ ਥਰੂ ਉਹ ਪਤਾ ਕਿਵੇਂ ਕਿਉਂਕਿ ਮੇਰੇ ਕੋਲ ਕੁਛ ਸ਼ਬਦ ਨੇ ਜਿਹੜੇ ਕਿ ਜਿਵੇਂ ਕਿ ਤੁਸੀਂ ਐਕਟਿੰਗ ਦਾ ਸ਼ੌਂਕ ਰੱਖਦੇ ਹੋ ਚੈਨਲ ਹੈ ਤੁਹਾਡਾ ਤਾਂ ਉਹ ਸ਼ਬਦ ਉਸ ਫੀਲਡ ਨਾਲ ਰਿਲੇਟਿਡ ਨੇ ਠੀਕ ਹੈ ਤੇ ਉਹ ਸ਼ਬਦ ਤੁਹਾਡੇ ਪਰਿਵਾਰਿਕ ਮੈਂਬਰਾਂ 'ਚ ਜਿਹੜੇ ਇੱਥੇ ਬੈਠੇ ਨੇ ਇਹਨਾਂ 'ਚ ਸਭ ਤੋਂ ਜ਼ਿਆਦਾ ਕਿਸ 'ਤੇ ਟੁੱਟਦਾ ਤੁਸੀਂ ਉਹ ਦੱਸਣਾ ਬਸ ਠੀਕ ਹੈ ਤੇ ਜੇਕਰ ਤੁਸੀਂ ਸਹਿਮਤ ਨਹੀਂ ਹੋ ਤਾਂ ਤੁਸੀਂ ਸੰਦੀਪ ਜੀ ਨੂੰ ਉੱਥੇ ਟੋਕ ਵੀ ਸਕਦੇ ਹੋ ਸੋ ਸਭ ਤੋਂ ਪਹਿਲਾ ਸ਼ਬਦ ਹੈ ਮਾਈਕ ਮਾਈਕ ਯਾਨੀ ਕਿ ਸਭ ਤੋਂ ਜ਼ਿਆਦਾ ਕੌਣ ਬੋਲਦਾ ਹੈ ਪ੍ਰੀਤੀ ਸੋ ਅਗਲਾ ਸ਼ਬਦ ਹੈ ਜੀ ਮੇਰੇ ਕੋਲ ਕੈਮਰਾ ਯਾਨੀ ਕਿ ਦੂਜੇ ਦੀ ਗੱਲ ਦੇ ਵਿੱਚ ਇੰਟਰਸਟਿਡ ਕੌਣ ਰਹਿੰਦਾ ਹੈ ਉਹ ਨੇ ਜੀ ਸਾਡੇ ਬੀਜ਼ੀ ਯਾਨੀ ਕਿ ਤੁਹਾਡੇ ਦਾਦੀ ਸਰ ਹਾਂਜੀ ਹਾਂਜੀ ਕਿਉਂਕਿ ਇੱਕ ਤਾਂ ਇਹਨਾਂ ਨੂੰ ਉੱਚਾ ਸੁਣਦਾ ਆ ਫਿਰ ਇਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਕੀ ਕਹਿੰਦੇ ਹੋ ਇਹ ਵਾਰ ਵਾਰ ਪੁੱਛਦੇ ਨੇ ਹਰ ਇੱਕ ਗੱਲ ਤੀਸਰਾ ਸ਼ਬਦ ਹੈ ਸਕ੍ਰਿਪਟ ਯਾਨੀ ਕਿ ਸਭ ਦੇ ਲਈ ਫੈਸਲੇ ਕੌਣ ਲੈਂਦਾ ਹੈ ਸਾਡੇ ਮੰਮੀ ਆਪ ਸਵੀਟ ਚਲੋ ਵੈਸੇ ਵੀ ਸੱਸਾ ਤੇ ਘਰ ਦੀਆਂ ਮੁਖੀਆਂ ਹੁੰਦੀਆਂ ਹੀ ਹੈ ਸੋ ਅਗਲਾ ਸ਼ਬਦ ਹੈ ਉਹ ਹੈ ਡਾਇਰੈਕਟਰ ਯਾਨੀ ਕਿ ਘਰ ਦਾ ਪ੍ਰਧਾਨ ਘਰ ਦਾ ਚੌਧਰੀ ਸਾਹਮਣੇ ਬੈਠੇ ਨੇ ਸਰਦਾਰ ਦਿਲਬਾਗ ਸਿੰਘ ਸਹੁਰਾ ਸਾਹਿਬ ਤੁਹਾਡੇ ਚਲੋ ਅਗਲਾ ਸ਼ਬਦ ਹੈ ਐਕਟਰ ਕਿ ਘਰ ਦੇ ਵਿੱਚ ਡਰਾਮੇਬਾਜ਼ੀ ਕਰਨ ਦਾ ਜਿਹੜਾ ਕੀੜਾ ਉਹ ਕਿਹਨੂੰ ਹੈ ਜਿਹੜਾ ਹਰ ਗੱਲ ਤੇ ਡਰਾਮੇ ਕਰਦਾ ਉਹ ਹੈ ਜੀ ਮੇਰਾ ਬੇਟਾ ਇਸ ਤੋਂ ਬਾਅਦ ਡਰਾਮੇ ਹੋਰ ਕੋਈ ਨਹੀਂ ਕਰਦਾ ਖਾਸ ਕਰਕੇ ਪੜ੍ਹਨ ਦੇ ਟਾਈਮ ਮੇਰੀ ਬੇਟੀ ਵੀ ਆ ਜੋ 1.5 ਸਾਲ ਦੀ ਆ ਇਸ ਟਾਈਮ ਤੇ ਸੁੱਤੀ ਪਈ ਆ ਵੈਸੇ ਉਹ ਵੀ ਬਹੁਤ ਸ਼ਰਾਰਤੀ ਆ ਅੱਛਾ ਇੱਕ ਸਵਾਲ ਨਾ ਫਿਲਹਾਲ ਮੇਰਾ ਤੁਹਾਡੀ ਬੀਜੀ ਕੋਲ ਹੈ ਬੀਬੀ ਵਾਸਤੇ ਬੀਬੀ ਜੀ ਸੰਦੀਪ ਜੀ ਦਾ ਜਦੋਂ ਰਿਸ਼ਤਾ ਕਮਲ ਜੀ ਵਾਸਤੇ ਆਇਆ ਜਾਂ ਇਹਨਾਂ ਦਾ ਰਿਸ਼ਤਾ ਤੈਅ ਹੋਇਆ ਤੇ ਉਸ ਤੋਂ ਬਾਅਦ ਤੁਹਾਨੂੰ ਸੰਦੀਪ ਪਹਿਲੀ ਵਾਰ ਚ ਹੀ ਪਸੰਦ ਆ ਗਈ ਸੀ ਜਾਂ ਤੁਸੀਂ ਥੋੜਾ ਸੋਚਿਆ ਸੀ ਕਿ ਸੰਦੀਪ ਨੂੰ ਵਿਆਹਣਾ ਹੈ ਕਿ ਨਹੀਂ ਵਿਆਹਣਾ ਮੰਗਣੀ ਹੋਈ ਹੈ ਇਹਨਾਂ ਦੀ ਹਾਂਜੀ ਹਾਂਜੀ ਅਸੀਂ ਗਏ ਆ ਸਾਰੇ ਪਰਿਵਾਰ ਹੋਰ ਰਿਸ਼ਤੇਦਾਰ ਵੀ ਸਾਡੇ ਗਏ ਨੇ ਉਹਨਾਂ ਬਹੁਤ ਵਧੀਆ ਸਾਨੂੰ ਉਹਨਾਂ ਸਾਂਭਿਆ ਏ ਕੋਈ ਕਹੇ ਕਿ ਜਰਾ ਕ ਮਦਰੀ ਹੈ ਮੁੰਡੇ ਨਾਲੋਂ ਪਰ ਅਸੀਂ ਕੋਈ ਗੱਲ ਨਹੀਂ ਕੀਤੀ ਹਾਂ ਸਭ ਤੋਂ ਪਹਿਲਾਂ ਇਹਨੂੰ ਪਸੰਦ ਹੀ ਕਰ ਲਿਆ ਸਾਰਿਆਂ ਨੇ ਅਸੀਂ ਆਖਿਆ ਠੀਕ ਠੀਕ ਹੈ ਕਮਲ ਜੀ ਹੁਣ ਤੁਹਾਡੇ ਤੇ ਆਉਂਦੇ ਹਾਂ ਤੁਹਾਨੂੰ ਵੀ ਕੀ ਇਹਨਾਂ ਦੀ ਹਾਈਟ ਘੱਟ ਲੱਗੀ ਸੀ ਕਿ ਬਸ ਮੰਮੀ ਜੀ ਨੇ ਤੇ ਰਿਸ਼ਤੇਦਾਰ ਨੇ ਕਹਿਤਾ ਵੀ ਕਰਨਾ ਤੇ ਫਿਰ ਕਰ ਲਿਆ ਇਹ ਵਿਚੋਲੇ ਇਹ ਨੇ ਅੱਛਾ ਜੇ ਜਾਣਾ ਆ ਤੇ ਰਿਸ਼ਤਾ ਕਰਕੇ ਹੀ ਆਉਣਾ ਹੈ ਜਦੋਂ ਇਹਨੇ ਕਿਹਾ ਵੀ ਮੈਂ ਆਹ ਕੰਮ ਕਰੀਏ ਮੰਮਾ ਤੇ ਤੁਸੀਂ ਮੇਰੀ ਸਪੋਰਟ ਕਰੋ ਮੈਂ ਪੁੱਤ ਫੁੱਲ ਸਪੋਰਟ ਮਿਲੂਗੀ ਤੈਨੂੰ ਮੈਨੂੰ ਘਰੋਂ ਇੰਨੀ ਗੱਲ ਇਹਨਾਂ ਕਹਿਤੀ ਸੀ ਕਿ ਗੱਲ ਸੁਣ ਲਾ ਮੁੰਡਿਆ ਅੱਛਾ ਜੇ ਤੇ ਜਾ ਕੇ ਉੱਥੇ ਕਰਨੀ ਹੋ ਨਾ ਤੇ ਫਿਰ ਹੁਣੇ ਨਾ ਜਾ ਅੱਛਾ ਕਿ ਜਦੋਂ ਮੈਂ ਦੇਖੂਗਾ ਨਹੀਂ ਤੇ ਫਿਰ ਮੈਂ ਨਾ ਹਾਂ ਕੀ ਕਰੂੰਗਾ ਨਹੀਂ ਜਾਣਾ ਵੀ ਆ ਤੇ ਨਾ ਵੀ ਨਹੀਂ ਕਰਨੀ ਬੰਦੂਕ ਰੱਖੀ ਮੇਰੇ ਸਿਰ ਤੇ ਤੇ ਮੈਂ ਫਿਰ ਵਿਚੋਲਾ ਸਾਹਿਬ ਤੋਂ ਹੀ ਪੁੱਛਦੀ ਹਾਂ ਕਿ ਸਰ ਇਹੋ ਜਿਹੀ ਸਿਚੁਏਸ਼ਨ ਕਿਉਂ ਦਿੱਤੀ ਕਿ ਜਾਣਾ ਵੀ ਹੈ ਤੇ ਨਾ ਵੀ ਨਹੀਂ ਕਰਨੀ ਇੱਧਰ ਕਮਲ ਸਿੰਘ ਦਾ ਡੈਡੀ ਵਿਚੋਲਾ ਤੇ ਉੱਧਰ ਸੰਦੀਪ ਦਾ ਡੈਡੀ ਵਿਚੋਲਾ ਸੰਦੀਪ ਜੀ ਡੈਡੀ ਮਤਲਬ ਤੁਹਾਡੇ ਬ੍ਰਦਰ ਹਾਂਜੀ ਮੇਰੇ ਮਾਸੀ ਜੀ ਦੇ ਬੇਟੇ ਅੱਛਾ ਤੇ ਮੈਂ ਸਰ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਕਿੱਦਾਂ ਤੁਸੀਂ ਉਹਨਾਂ ਨੂੰ ਆਪਸ਼ਨ ਵੀ ਦਿੱਤਾ ਜਾਣ ਦਾ ਕਿ ਕੁੜੀ ਦੇਖ ਕੇ ਆਣੀ ਹੈ ਪਰ ਫਿਰ ਤੁਸੀਂ ਉਹਨਾਂ ਨੂੰ ਨਾ ਵੀ ਨਹੀਂ ਕਰਨ ਦੇ ਰਹੇ ਸੀ ਮੈਂ ਪਲੀਜ਼ ਦੱਸੋ ਇਹ ਕਿਉਂ ਇਹ ਤਾਂ ਜੀ ਅਸੀਂ ਦੋਵੇਂ ਜਣੇ ਇੱਕੋ ਕੰਪਨੀ ਦੇ ਵਿੱਚ ਗੱਡੀ ਚਲਾਉਂਦੇ ਹਾਂ ਅੱਛਾ ਤੇ ਸਾਡਾ ਸ਼ੁਰੂ ਤੋਂ ਹੀ ਦੋਵਾਂ ਦਾ ਬਣਾ ਇੱਕ ਦੂਜੇ ਨਾਲ ਬੜਾ ਪਿਆਰ ਸੀ ਅੱਛਾ 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 ਇਦਾਂ ਫਿਰ ਉਹਨਾਂ ਗੱਲ ਚਲਾਈ ਵੀ ਆਹ ਚੱਕਰ ਆ ਕਿ ਆਪਾਂ ਇਦਾਂ ਇਦਾਂ ਹੋਏਗਾ ਤੇ ਆਪਾਂ ਰਿਸ਼ਤੇਦਾਰ ਬਣ ਜਾਈਏ ਮੈਂ ਉੱਥੇ ਇਹਨਾਂ ਨੂੰ ਹਾਂ ਕਰਤੀ ਮੈਂ ਕਿਹਾ ਠੀਕ ਆ ਫਿਰ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਮੈਂ ਹਾਂ ਕਰਤੀ ਆ ਕਿ ਆਪਾਂ ਨਾ ਨਹੀਂ ਕਰਨੀ ਜਿੱਦਾਂ ਦੀ ਵੀ ਹੈਗੀ ਆ ਨਾ
ਸਾਡੇ ਵਾਸਤੇ ਸੋਨਾ ਹੀ ਆ ਤੇ ਬਸ ਜਦੋਂ ਦੀ ਸਾਡੇ ਘਰ ਚ ਆਈ ਆ ਉਦੋਂ ਤਾਂ ਸਾਡਾ ਘਰ ਹੀ ਭਰ ਗਿਆ ਦੂਜੇ ਘਰ ਜਾਣਾ ਜਦੋਂ ਵਿਦਾਈ ਹੁੰਦੀ ਆ ਉਹ ਬਹੁਤ ਔਖਾ ਹੁੰਦਾ ਤੁਸੀਂ ਪਹਿਲੇ ਇੱਕ ਮਾਂ ਤੋਂ ਵਿਦਾ ਲਈ ਫਿਰ ਦੂਜੀ ਮਾਂ ਕੋਲ ਗਏ ਫਿਰ ਤੀਜੀ ਮਾਂ ਕਿੱਦਾਂ ਬਣੀ ਤੁਹਾਡੀ ਉਹ ਮੈਂ ਜ਼ਰੂਰ ਜਾਣਨਾ ਚਾਹੂੰਗੀ ਸਟੋਰੀ ਤੁਹਾਡੀ ਗੱਲ ਜੀ ਬਹੁਤ ਹੀ ਭਾਵੁਕ ਆ ਕਿ ਮਾਂ ਨੂੰ ਛੱਡਣਾ ਬਹੁਤ ਔਖਾ ਆ ਬੱਚਾ ਆਪਣੀ ਮਾਂ ਦੇ ਨਾਲ ਕਿੰਨਾ ਖੁਸ਼ ਰਹਿੰਦਾ ਹੈ ਬਿਲਕੁਲ ਹਾਂ ਚਲੋ ਕੋਈ ਨਾ ਉਦੋਂ ਤਾਂ ਮੇਰੀ ਕਿਸਮਤ ਏਦਾਂ ਦੀ ਸੀ ਕਿ ਮੈਨੂੰ ਇੱਕ ਆਪਣੀ ਪਹਿਲੀ ਮਾਂ ਤੋਂ ਵਿਛੜਨਾ ਪਿਆ ਜਿੰਦੇ ਜੀ ਜਦ ਕਿ ਮੈਨੂੰ ਫਿਰ ਮੇਰੀ ਮਾਸੀ ਜੀ ਲੈ ਗਏ ਤੇ ਉਸ ਤੋਂ ਬਾਅਦ ਮੇਰੀ ਮਾਸੀ ਜੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੇਰੇ ਮਾਸੀ ਜੀ ਦੀ ਨੂੰਹ ਆ ਕਿ ਜੋ ਮੇਰੀ ਭਾਬੀ ਆ ਤੇ ਉਹ ਹੁਣ ਮੇਰੀ ਮਾਂ ਆ ਇਸ ਟਾਈਮ ਤੁਹਾਡੀ ਮਦਰ ਇਨ ਲਾਅ ਹੈ ਜਿਹੜੀ ਤੁਹਾਨੂੰ ਇੰਨਾ ਸਪੋਰਟ ਕਰਦੇ ਤੇ ਪਲੀਜ਼ ਮੈਨੂੰ ਦੱਸੋ ਤੁਸੀਂ ਤੁਹਾਡੇ ਦਿਲ 'ਚ ਕਿੱਦਾਂ ਹੀ ਸ਼ੌਂਕ ਆ ਗਿਆ ਕਿ ਚਲੋ ਠੀਕ ਹੈ ਮੈਂ ਹੁਣ ਕੈਮਰਾ ਅੱਗੇ ਐਕਟਿੰਗ ਕਰਨੀ ਹੈ ਮੇਰੇ ਬੇਟੇ ਨੇ ਸਭ ਕੁਝ ਮੇਰੇ ਕੋਲ ਕਰਵਾ ਲਿਆ ਤੇ ਅੰਕਲ ਜੀ ਤੁਸੀਂ ਨਹੀਂ ਇਤਰਾਜ਼ ਕੀਤਾ ਇਹਦਾ ਵੀ ਨਵੇਂ ਨਵੇਂ ਜਦੋਂ ਕੰਮ ਲੱਗੇ ਕਰਨ ਉਦੋਂ ਤੇ ਮੈਨੂੰ ਵੀ ਹੋਤਰਾ ਲੱਗਦਾ ਸੀ ਵੀ ਕੀ ਕਰਦੇ ਆ ਕੀ ਕਰਦੇ ਪਏ ਆ ਇਹਨਾਂ ਹੌਲੀ ਹੌਲੀ ਮੈਨੂੰ ਵੀ ਆਖਣਾ ਵੀ ਤੂੰ ਵੀ ਨਾਲ ਆ ਤੇ ਮੈਂ ਭੱਜਣਾ ਕੈਮਰੇ ਦੇ ਕੋਲ ਫਿਰ ਜਦੋਂ ਇਹਨਾਂ ਜ਼ਿਆਦਾ ਖਿੱਚ ਕਰਨੀ ਨਾ ਵੀ ਆ ਏਦਾਂ ਹੀ ਬੋਲਣਾ ਵਾ ਆਹੋ ਕੋਈ ਤੂੰ ਬੋਲ ਦੇ ਤੇ ਫਿਰ ਮੈਂ ਉਹਨੂੰ ਕਹਿਣਾ ਵੀ ਏਦਾਂ ਕਰ ਵੀ ਦਰਵਾਜ਼ੇ ਬੰਦ ਕਰ ਲਾ ਹੌਲੀ ਬੋਲਣਾ ਵਾ ਬਾਹਰ ਦਾ ਕੋਈ ਸੁਣ ਲੈ ਤੇ ਵੇਖੋ ਜੀ ਹੌਲੀ 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 ਅੱਜ ਹੁਣ ਸਾਡਾ ਵੀ ਝਾਕਾ ਖੁੱਲ ਗਿਆ ਹਰਪ੍ਰੀਤ ਜੀ ਤੇ ਤੁਸੀਂ ਸੰਦੀਪ ਜੀ ਨੂੰ ਕਦ ਤੋਂ ਜਾਣਦੇ ਹੋ ਹਾਂਜੀ ਕਾਫੀ ਟਾਈਮ ਤੋਂ ਜਾਂਦੀ ਹੈ ਜਦੋਂ ਦੇ ਇੱਥੇ ਵਿਆਹ ਕੇ ਆਏ ਹੋਏ ਆ ਕਾਫੀ ਅੱਛਾ ਨੇਚਰ ਹੈ ਡਾਊਨ ਟੂ ਅਰਥ ਨੇ ਆਪਣੇ ਮੰਮੀ ਨੂੰ ਪਾਪਾ ਨੂੰ ਹਸਬੈਂਡ ਨੂੰ ਲੈ ਕੇ ਬੱਚਿਆਂ ਦੇ ਬੜੇ ਪੋਜੈਸਿਵ ਨੇ ਬਹੁਤ ਕੇਅਰਿੰਗ ਨੇ ਔਰ ਫਨੀ ਤੇ ਇੰਨੇ ਹੈ ਨਾ ਕਿਤੇ ਬੈਠ ਜਾਣਾ ਤਾਂ ਬਸ ਦਿਲ ਕਰਦਾ ਸਾਰਾ ਦਿਨ ਇਹਨਾਂ ਦੀ ਗੱਲਾਂ ਸੁਣੀਏ ਸੰਦੀਪ ਜੀ ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਚੀਜ਼ ਦੱਸੀ ਸੀ ਕਿ ਤੁਹਾਡਾ ਜਿਹੜਾ ਕਜ਼ਨ ਹੈ ਤੁਹਾਡੇ ਬ੍ਰਦਰ ਵਰਗਾ ਹੀ ਹੈ ਇਸ ਦੀ ਇੱਕ ਬੜੀ ਖਾਸ ਵਜ੍ਹਾ ਆ ਜੀ ਪਹਿਲੀ ਤਾਂ ਗੱਲ ਇਹ ਆ ਕਿ ਮੇਰੇ ਬ੍ਰਦਰ ਦੀ 2 ਮਹੀਨੇ ਹੋ ਗਏ ਹਲੇ ਡੈਥ ਹੋਈ ਬਹੁਤ ਇਸ ਗੱਲ ਦਾ ਦੁੱਖ ਆ ਸਾਨੂੰ ਉਸ ਤੋਂ ਬਾਅਦ ਇਹ ਸਾਡੇ ਮਾਮਾ ਜੀ ਦਾ ਮੇਰੇ ਮਾਮਾ ਜੀ ਦਾ ਬੇਟਾ ਲੱਗਦਾ ਤੇ ਇਹਦਾ ਵੀ ਮੰਮੀ ਡੈਡੀ ਨਹੀਂ ਹੈਗਾ ਮਤਲਬ ਇਹਦੇ ਵੀ ਫੈਮਿਲੀ 'ਚ ਹੋਰ ਕੋਈ ਨਹੀਂ ਹੈਗਾ ਤੁਹਾਡੇ ਪਰਿਵਾਰ 'ਚ ਜਿਹੜਾ ਇੰਨਾ ਪਿਆਰ ਹੈ ਕਿ ਸਾਰੇ ਮਤਲਬ ਦੂਰ ਦੂਰ ਦੇ ਜਿਹੜੇ ਤੁਹਾਡੇ ਰਿਸ਼ਤੇਦਾਰ ਹੈ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਕਿੱਦਾਂ ਸਾਂਭ ਰਹੇ ਹੋ ਜਦੋਂ ਲੋੜ ਪੈਂਦੀ ਹੈ ਤੇ ਇਹੀ ਤਾਂ ਕੰਮ ਹੁੰਦਾ ਨਾ ਸੁਪਰਸਟਾਰ ਨੂੰਹ ਦਾ ਕਿ ਸਾਰੇ ਰਿਸ਼ਤਿਆਂ ਨੂੰ ਸੰਜੋ ਕੇ ਰੱਖਣਾ ਤਾਂ ਹੀ ਤਾਂ ਉਹ ਬਣ ਜਾਂਦੀ ਹੈ ਸੁਪਰਸਟਾਰ ਨੂੰ ਤੇ ਵਾਕਈ ਸੰਦੀਪ ਜੀ ਤੁਹਾਡੇ ਘਰ ਦੀ ਜਿਹੜੀ ਆ ਸੁਪਰਸਟਾਰ ਨੂੰ ਤਾਂ ਹੈਗੀ ਆ ਸੰਦੀਪ ਜੀ ਤੁਸੀਂ ਇਹ ਤਾਂ ਮੈਨੂੰ ਦੱਸਤਾ ਕਿ ਤੁਹਾਡੇ ਘਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਬੋਲਦੀ ਹੈ ਯਾਨੀ ਕਿ ਘਰ ਦਾ ਮਾਈਕ ਹੈ ਜੋ ਉਹ ਹੈਗੀ ਹੈ ਪ੍ਰੀਤੀ ਪਰ ਤੁਹਾਡੇ ਵਾਸਤੇ ਨਾ ਮੈਂ ਹੁਣ ਇੱਕ ਟੰਗ ਟਵਿਸਟਰ ਲੈ ਕੇ ਆਈ ਹਾਂ ਹੁਣ ਦੇਖਣਾ ਕਿ ਪ੍ਰੀਤੀ ਤੋਂ ਇਲਾਵਾ ਘਰ ਦੇ ਵਿੱਚ ਹੋਰ ਕੋਈ ਵੀ ਥੋੜ੍ਹਾ ਬਹੁਤਾ ਬੋਲ ਸਕਦਾ ਹੈ ਕਿ ਨਹੀਂ ਕਿਉਂਕਿ ਤੁਸੀਂ ਅੱਜ ਦੇ ਸੁਪਰਸਟਾਰ ਨੂੰ ਹੋ ਤਾਂ ਤੁਸੀਂ ਜ਼ਰੂਰ ਬੋਲਣਾ ਹੈ ਸੋ ਟੰਗ ਟਵਿਸਟਰ ਹੈ ਜੀ ਚਿੱਟਾ ਡੱਡੂ ਵੱਟ ਟੱਪੇ ਵੱਟ ਟੱਪ ਚਿੱਟੇ ਡੱਡੂਆ 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 ਤੇ ਜਿਹੜੀ ਤੁਹਾਡੀ ਘਰ ਦੀ ਮਾਈਕ ਹੈ ਉਹਨੇ ਤੋਂ ਬੁਲਵਾਈਏ ਹਾਂਜੀ ਪ੍ਰੀਤੀ ਜੀ ਆਪਣਾ ਮਾਈਕ ਲੈ ਲਓ ਤੇ ਬੋਲ ਲਓ ਫਿਰ ਚਿੱਟਾ ਡੱਡੂ ਵੱਟ ਟੱਪੇ ਵੱਟ ਟੱਪੇ ਚਿੱਟਾ ਮੈਨੂੰ ਲੱਗਦਾ ਹੈ ਸਿਰਫ ਗੱਲਾਂ ਨੂੰ ਹੀ ਤੇਜ਼ ਹੈ ਸੋ ਅੱਗੇ ਮੈਂ ਬੁਲਵਾਉਂਗੀ ਹੁਣ ਤੁਹਾਡੀ ਫਰੈਂਡ ਤੋਂ ਚਿੱਟਾ ਡੱਡੂ ਵੱਟ ਟੱਪੇ ਵੱਟ ਟੱਪ ਚਿੱਟੇ ਡੱਡੂਆ ਚਿੱਟਾ ਡੱਡੂ ਵੱਟ ਟੱਪੇ ਵੱਟ ਟੱਪ ਚਿੱਟੇ ਡੱਡੂ ਚਿੱਟਾ ਡੱਡੂ ਵੱਟ ਟੱਪੇ ਵੱਟ ਟੱਪੇ ਚਿੱਟੇ ਡੱਡੂਆ ਬਸ ਸਾਰਿਆਂ ਨੇ ਬੋਲਿਆ ਵਧੀਆ ਸੀ ਮਜ਼ਾ ਆਇਆ ਸੋ ਸੰਦੀਪ ਜੀ ਗੱਲਾਂ ਦਾ ਸਿਲਸਿਲਾ ਅੱਗੇ ਵਧਾਈਏ ਹੁਣ ਹਾਂਜੀ ਸੋ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਜੋੜੀਆਂ ਹੁੰਦੀਆਂ ਨੇ ਉਹ ਲੌਂਗ ਤੇ ਲਾਚੀਆਂ ਵਰਗੀਆਂ ਹੁੰਦੀਆਂ ਨੇ ਲੇਕਿਨ ਘਰ ਦੇ ਵਿੱਚ ਨਾ ਇੱਕ ਲੌਂਗ ਤਲਾਚੀ ਵਰਗੀ ਹੋਰ ਜੋੜੀ ਹੁੰਦੀ ਹੈ ਉਹ ਹੁੰਦੀ ਹੈ ਨੂੰਹ ਤੇ ਸੱਸ ਦੀ ਤਾਂ ਫਿਰ ਖੇਡੀਏ ਹੁਣ ਇੱਕ ਰਾਊਂਡ ਲੌਂਗ ਤੇ ਲਾਚੀ
ਕਾਰਡ ਤੁਸੀਂ ਫੜਿਆ ਜਿਨ੍ਹਾਂ ਉੱਤੇ ਦੋ ਆਪਸ਼ਨ ਹੈ ਸੱਸ ਤੇ ਨੂੰਹ ਦਾ। ਜੇਕਰ ਉਹ ਚੀਜ਼ ਨੂੰਹ ਵਧੀਆ ਕਰਦੀ ਹੈ ਤਾਂ ਤੁਸੀਂ ਨੂੰਹ ਦਾ ਇਸ਼ਾਰਾ ਕਰ ਦੇਣਾ, ਜੇਕਰ ਉਹ ਚੀਜ਼ ਸੱਸ ਜ਼ਿਆਦਾ ਵਧੀਆ ਕਰਦੀ ਹੈ ਜਾਂ ਫਿਰ ਉਹ ਚੀਜ਼ ਸੱਸ ਦੇ ਵਿੱਚ ਹੈ ਤਾਂ ਤੁਸੀਂ ਸੱਸ ਦਾ ਇਸ਼ਾਰਾ ਕਰ ਦੇਣਾ। ਠੀਕ ਹੈ, ਫਿਰ ਪਹਿਲਾ ਸਵਾਲ ਜਾਂ ਪਹਿਲਾ ਆਪਸ਼ਨ ਹੈ ਕਿ ਨੂੰਹ ਤੇ ਸੱਸ ਇਹਨਾਂ ਦੋਨਾਂ ਵਿੱਚੋਂ ਬੈਟਰ ਐਕਟਿੰਗ ਕੌਣ ਕਰਦਾ ਹੈ? ਮੰਮੀ ਤੁਸੀਂ ਵੀ ਦੱਸੋ ਨਾ। ਸੋ ਅਗਲਾ ਆਪਸ਼ਨ ਹੈ ਦੋਨਾਂ ਵਿੱਚੋਂ ਭਾਂਡੇ ਧੋਣਾ ਕਿਹਨੂੰ ਨਹੀਂ ਪਸੰਦ? ਮੇਰੀ ਨੂੰਹ ਭਾਂਡੇ ਧੋਂਦੀ ਆ। ਸਿਰਫ ਸਾਡੇ ਕੰਮ ਦੀ ਵਜ੍ਹਾ ਕਰਕੇ ਆ, ਕਿਉਂਕਿ ਮਮਾ ਕੰਮ ਦੇ ਵਿੱਚ ਬਹੁਤ ਸਾਥ ਦਿੰਦੇ ਆ ਜੀ। ਹਾਂਜੀ, ਸੋ ਅਗਲਾ ਜਿਹੜਾ ਸਵਾਲ ਹੈ ਉਹ ਹੈਗਾ ਕਿ ਦੋਨਾਂ ਵਿੱਚੋਂ ਗਾਉਂਦੀ ਕੌਣ ਵਧੀਆ? ਸੱਸ ਨੂੰ, ਸੱਸ ਸੱਸ ਨੂੰ, ਸੱਸ ਸੱਸ। ਸੋ ਮੈਜੋਰਟੀ ਦੇ ਹਿਸਾਬ ਨਾਲ ਸਾਸੂ ਮਾਂ ਜੀ ਨੂੰ ਜ਼ਿਆਦਾ ਬੋਲੀਆਂ ਪਾਉਣੀਆਂ ਆਉਂਦੀਆਂ ਨੇ। ਜੇ ਸਾਸੂ ਮਾਂ ਜੀ ਨੂੰ ਆਉਂਦੀਆਂ ਨੇ ਫਿਰ ਮੈਂ ਕਹਿੰਦੀ ਹਾਂ ਕਿ ਅੱਜ ਨੂੰਹ ਤੋਂ ਇੱਕ ਬੋਲੀ ਪਵਾ ਹੀ ਨਾ ਲਈਏ। ਚਲੋ ਜੀ, ਸੰਦੀਪ ਜੀ ਤੁਹਾਡੇ ਵਾਸਤੇ ਚੈਲੰਜ ਹੈ, ਇੱਕ ਸੋਹਣੀ ਜੀ ਬੋਲੀ ਪਾ ਕੇ ਦਿਖਾਓ। ਹੁਣ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ ਨੱਚ ਕਿਦੇ ਵਿੱਚ ਤੂੰ, ਬੋਲੀ ਮੈਂ ਪਾਵਾਂ ਨੱਚ ਕਿਦੇ ਵਿੱਚ ਤੂੰ। ਬਹੁਤ ਖੂਬ, ਬਹੁਤ ਖੂਬ। ਸੋ ਅਗਲਾ ਸਵਾਲ ਹੈ ਜੀ ਕਿ ਕਮਲ ਜੀ ਤੇ ਜ਼ਿਆਦਾ ਹੁਕਮ ਕੌਣ ਜਤਾਉਂਦੀ ਹੈ, ਘਰ ਦੀ ਨੂੰਹ ਜਾਂ ਘਰ ਦੀ ਸੱਸ? ਨੂੰ, 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 ਸੱਸ, ਸੱਸ, ਸੱਸ। ਮਤਲਬ ਕਿ ਕਮਲ ਜੀ ਤੇ ਘਰ ਦੀ, ਉਹਨਾਂ ਦੀ ਜਿਹੜੀ ਮੰਮੀ ਹੈ ਯਾਨੀ ਕਿ ਘਰ ਦੀ ਸੱਸ ਜਿਹੜੀ ਹੈ ਜ਼ਿਆਦਾ ਹੁਕਮ ਚਲਾਉਂਦੀ ਹੈ। ਅਗਲਾ ਸਵਾਲ ਹੈ ਜੀ ਕਿ ਗੁੱਸਾ ਵੱਧ ਕਿਹਨੂੰ ਆਉਂਦਾ? ਮੈਂ ਡੈਡੀ ਕਿੱਥੇ ਲਿਆਵਾਂ? ਇਹਦੇ ਚ ਆਪਸ਼ਨ ਹੋਣਾ ਚਾਹੀਦਾ ਸੀ ਸਾਰਾ ਨਾਲ। ਲੇਕਿਨ ਫਿਲਹਾਲ ਤੁਸੀਂ ਸੱਸ ਤੇ ਨੂੰਹ ਚ ਡਿਸਾਈਡ ਕਰੋ। ਨੂੰ, ਸੱਸ, ਨੂੰ, 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 ਸੱਸ, ਨੂੰ। ਇਹ 50-50 ਹੋ ਗਿਆ ਜੀ, ਮਤਲਬ ਦੋਨਾਂ ਨੂੰ ਬਰਾਬਰ ਹੀ ਗੁੱਸਾ ਆਉਂਦਾ ਹੈ। ਲੇਕਿਨ ਫਿਰ ਵੀ ਮੈਨੂੰ ਇਹ ਤਾਂ ਦੱਸੋ ਕਿ ਗੁੱਸਾ ਉਤਰਦਾ ਕਿੱਥੇ ਹੈ ਸਭ ਤੋਂ ਜ਼ਿਆਦਾ? ਨੋਰਮਲੀ ਤਾਂ ਬੱਚਿਆਂ ਦੇ ਉੱਤੇ ਥੋੜਾ ਬਹੁਤਾ ਨਿਕਲਦਾ ਵਾ, ਪਰ ਜਾਂ ਡੰਗਰਾਂ ਦੇ ਜਾਂ ਮੰਮੀ ਦੇ ਡੈਡੀ ਦਾ ਕੱਢ ਲੈਂਦੇ ਹੁੰਦੇ ਆ। ਸੋ ਅਗਲਾ ਸਵਾਲ ਹੈ ਜੀ ਕਿ ਚਾਹ ਦਾ ਸ਼ੌਕੀਨ ਕੌਣ ਹੈ, ਨੂੰਹ ਕਿ ਸੱਸ? ਸਾਰੇ ਨੇ ਕਿਹਾ ਜੀ ਨੂੰ ਜ਼ਿਆਦਾ ਚਾਹ ਦੀ ਸ਼ੌਕੀਨ ਹੈ। ਇਹ ਗੱਲ ਸੱਚ ਹੈ ਜੀ, ਮਿਰਚਾਂ ਦੀ ਵੀ ਸ਼ੌਕੀਨ ਹੈ ਤੇ ਚਾਹ ਦੀ ਵੀ ਸ਼ੌਕੀਨ ਹੈ। ਸੰਦੀਪ ਨੂੰ ਹਰ ਅੱਧੇ ਘੰਟੇ ਬਾਅਦ ਜੇ ਚਾਹ ਪੁੱਛ ਲਓ, ਹਾਂ ਕੋਈ ਗੱਲ ਨਹੀਂ ਡੈਡੀ ਲਿਆਓ। ਤੇ ਵਧੀਆ ਗੱਲ ਹੈ ਨਾ, ਕਿਉਂਕਿ ਜਦੋਂ ਅਸੀਂ ਸਪਾਈਸੀ ਖਾਂਦੇ ਹਾਂ, ਕੁਝ ਤਿੱਖਾ ਤਿੱਖਾ ਖਾਂਦੇ ਹਾਂ, ਨਾਲ ਚਾਹ ਹੋ ਜੇ ਤਾਂ ਜ਼ਿਆਦਾ ਮਜ਼ਾ ਆਉਂਦਾ ਹੈ ਚਾਹ ਪੀਣ ਦੇ ਵਿੱਚ। ਮੈਂ ਵੀ ਸਾਥੀ ਬੋਲਦਾ। ਸੋ ਅਗਲਾ ਸਵਾਲ ਹੈ ਜੀ, ਸਫਾਈ ਪਸੰਦ ਜ਼ਿਆਦਾ ਕੌਣ ਹੈ? ਕਿਹੜਾ ਬਾਰ ਬਾਰ ਕਹਿੰਦਾ ਕਿ ਕੱਪੜਾ ਮਾਰ ਦੋ, ਆਹ ਚੀਜ਼ ਸੈੱਟ ਨਹੀਂ ਹੈ, ਉਹ ਚੀਜ਼ ਸੈੱਟ ਨਹੀਂ ਹੈ, ਕਿਚਨ ਸੈੱਟ ਕਰ ਦੋ, ਕੌਣ ਬਾਰ ਬਾਰ ਇੱਦਾਂ ਕਰਦਾ? ਉਹ ਤਾਂ ਫਿਰ ਮੈਂ ਦੋਵੇਂ ਜਣੀਆਂ ਕਰਦੇ, ਦੋਵੇਂ ਜਣੀਆਂ ਨਾ ਪੈਂਗਾ ਘੁਮਾਤਾ। ਐਂਡਲਾ ਕੁਐਸਚਨ ਜਿਹੜਾ ਇਹਨਾਂ ਨੇ ਸਾਰਿਆਂ ਨੇ 50-50 ਕਰਤਾ ਹੈ। ਸੋ ਇਸ ਰਾਊਂਡ ਨੂੰ ਇੱਥੇ ਹੀ ਖਤਮ ਕਰਦੇ ਹਾਂ ਜੀ। ਚਲੋ ਕਰਦੇ ਹਾਂ ਹੋਰ ਗੱਲਾਂ ਬਾਤਾਂ ਇਹਨਾਂ ਨਾਲ। ਪ੍ਰੀਤੀ ਜੀ, ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗੀ, ਨਨਾਣ ਭਰਜਾਈ ਦੇ ਰਿਸ਼ਤੇ ਦੀ ਇੰਨੀਆਂ ਗੱਲਾਂ ਕਰ ਰਹੇ ਹਾਂ ਅਸੀਂ, ਦੇਖੋ ਸੰਦੀਪ ਜੀ ਨੂੰ ਵੀ ਉਹਨਾਂ ਦੀ ਭਰਜਾਈ ਨੇ ਪਾ ਲਿਆ, ਤੇ ਤੁਹਾਡੀ ਜਦੋਂ ਭਰਜਾਈ ਘਰੇ ਆਈ, ਨਨਾਣਾਂ ਦੀਆਂ ਬੜੀਆਂ ਰਸਮਾਂ ਹੁੰਦੀਆਂ ਨੇ, ਜਦੋਂ ਤੁਸੀਂ ਆਪਣੀ ਭਰਜਾਈ ਨੂੰ ਪਹਿਲੀ ਵਾਰੀ ਦੇਖਿਆ ਜਾਂ ਤੁਸੀਂ ਉਹਨਾਂ ਨਾਲ ਪਹਿਲੀ ਵਾਰੀ ਗੱਲਬਾਤ ਕੀਤੀ ਤੇ ਪਸੰਦ ਆ ਗਏ ਸੀ ਜਾਂ ਮੰਮੀ ਨੂੰ ਕਿਹਾ ਸੀ ਕਿ ਇੰਨੀ ਵਧੀਆ? ਨਹੀਂ ਨਹੀਂ, ਅਸੀਂ ਨਾ ਭਾਬੀ ਜੀ ਨੂੰ ਪਹਿਲੀ ਵਾਰੀ ਮੈਂ ਫੋਟੋ ਤੇ ਦੇਖਿਆ ਸੀਗਾ ਤੇ ਬਹੁਤ ਸਿੰਪਲ ਸੀਗੇ ਭਾਬੀ ਜੀ ਫੋਟੋ ਤੇ, ਹਨਾ, ਮੈਨੂੰ ਬਹੁਤ ਸੋਹਣੇ ਲੱਗੇ। ਤੇ ਜਦੋਂ ਇੱਥੇ ਵਿਆਹ ਕੇ ਆਏ, ਹਨਾ, ਤੇ ਮੈਨੂੰ ਇੰਨਾ ਚਾਅ ਸੀ ਨਾ, ਮੈਂ ਭਾਬੀ ਨੂੰ ਕੰਮ ਹੀ ਨਹੀਂ ਸੀ ਕਰਨ ਦਿੰਦੀ ਕੋਈ ਵੀ, ਸਾਰਾ ਕੰਮ ਮੈਂ ਖੁਦ ਹੀ ਕਰਦੀ ਸੀ ਕਿ ਭਾਬੀ ਨੂੰ ਨੀ ਮੈਂ ਕੰਮ ਡਾਉਣਾ ਹੈਗਾ। ਵਾਓ, ਹਾਊ ਸਵੀਟ। ਤੇ ਨੰਦੋਈਆ ਸਾਹਿਬ, ਮਤਲਬ ਤੁਹਾਡਾ ਵਿਆਹ ਓਬਵੀਅਸਲੀ ਬਾਅਦ ਚ ਹੋਇਆ ਤੇ ਤੁਹਾਨੂੰ ਸੁਭਾਅ ਪਸੰਦ ਆ ਗਿਆ ਸੀ ਸਾਰਿਆਂ ਦਾ, ਪੂਰੇ ਪਰਿਵਾਰ ਦਾ ਇਹਨਾਂ ਦੇ? ਫਸਟ ਟਾਈਮ ਤੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਬਚਪਨ ਤੋਂ ਕਵਲ ਨੂੰ ਜਾਣਦਾ ਆ, ਤੇ ਜਿਹੜਾ ਮੇਰਾ ਰਿਸ਼ਤਾ ਹੋਇਆ ਹੈ, ਮੈਂ ਰਿਸ਼ਤਾ ਆਪਣੇ ਮੂੰਹ ਮੰਗ ਕੇ ਲਿਆ ਏ ਵਾਲਾ। ਤੇ ਮੇਰੇ ਰਿਸ਼ਤੇ ਵਿੱਚ ਭਾਬੀ ਜੀ ਦਾ ਬਹੁਤ ਅਹਿਮ ਰੋਲ ਰਿਹਾ। ਭਾਬੀ ਜੀ ਨੇ ਮੇਰੇ ਰਿਸ਼ਤੇ ਵਾਸਤੇ ਸਟੈਂਡ ਲੈ ਲਿਆ ਕਿ ਇਹ ਕਹਿੰਦੇ ਕਿ ਮੁੰਡਾ ਸਾਨੂੰ ਪਸੰਦ ਆ, ਆਪਾਂ ਕਰਨਾ ਹੈ ਰਿਸ਼ਤਾ। ਭਾਬੀ ਜੀ ਨੇ ਨਾ ਵਿੱਕੀ ਨੂੰ ਦੇਖਿਆ ਵੀ ਨਹੀਂ ਸੀ, ਵਿੱਕੀ ਬਾਹਰ ਸੀਗੇ, ਬਸ ਗੱਲਾਂ ਬਾਤਾਂ ਸੁਣੀਆਂ ਸਾਡੇ ਸਾਰਿਆਂ ਕੋਲ। ਭਾਬੀ ਨੇ ਇਹਨਾਂ ਗੱਲਾਂ ਤੋਂ ਕਹਿਤਾ ਕਿ ਨਹੀਂ, ਅਸੀਂ ਰਿਸ਼ਤਾ ਕਰਨਾ ਤੇ ਇੱਥੇ ਹੀ ਕਰਨਾ, ਹੋਰ ਕਿਤੇ ਨਹੀਂ ਕਰਨਾ। ਅੱਛਾ, ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਦੋਂ ਤੁਸੀਂ ਪ੍ਰੀਤੀ ਦੇ ਮੂੰਹੋਂ ਗੱਲਾਂ ਸੁਣਦੇ ਸੀ, ਮੈਨੂੰ ਲੱਗਦਾ ਭਾਬੀਆਂ ਨਨਾਣਾਂ
ਉਹਨਾਂ ਦੀਆਂ ਦਿਲ ਦੀ ਗੱਲਾਂ ਸਹੇਲੀਆਂ ਵਰਗੀਆਂ ਹੁੰਦੀਆਂ ਨੇ ਸੋ ਗੱਲਾਂ ਸਮਝ ਲੈਂਦੀਆਂ ਨੇ ਸੋ ਮੈਨੂੰ ਲੱਗਦਾ ਤੁਸੀਂ ਆਪਣੇ ਆਪ ਹੀ ਸਮਝ ਗਏ ਕਿ ਕਿਤੇ ਨਾ ਕਿਤੇ ਪ੍ਰੀਤੀ ਦਾ ਵੀ ਜਿਹੜਾ ਮੋਹ ਹੈ ਵਿੱਕੀ ਵੱਲ ਹੈਗਾ ਹਾਂਜੀ ਜਦੋਂ ਕਵਲ ਦੀ ਮੈਰਿਜ ਹੋਈ ਉਦੋਂ ਮੈਂ ਬਾਹਰ ਸੀਗਾ ਉਦੋਂ ਮੈਨੂੰ ਲੱਗਿਆ ਕਿ ਕਵਲ ਦਾ ਤਾਂ ਵਿਆਹ ਹੋ ਗਿਆ ਹੁਣ ਭਾਬੀ ਜੀ ਪਤਾ ਨਹੀਂ ਕਿਵੇਂ ਦੇ ਹੋਣੇ ਆ ਜਾਂ ਕਿਵੇਂ ਦੇ ਨਹੀਂ ਹੋਣੇ ਕਵਲ ਵੀ ਸਾਡੇ ਨਾਲ ਗੱਲਬਾਤ ਨਹੀਂ ਕਰੂਗਾ ਅੱਗੇ ਜਾ ਕੇ ਪਰ ਅੱਗੇ ਜਾ ਕੇ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਰਿਸ਼ਤਾ ਇੰਨਾ ਵਧੀਆ ਬਣ ਜਾਣਾ ਕਿ ਮੈਂ ਖੁਦ ਇੱਥੇ ਆ ਕੇ ਰਹਿ ਰਿਹਾ ਤੇ ਹੱਸੀ ਦਾ ਖੇਡੀ ਦਾ ਸਾਰੇ ਪਰਿਵਾਰ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਟਾਈਮ ਪਾਸ ਹੋ ਰਿਹਾ ਸਾਡਾ ਅੱਛਾ ਬੀਬੀ ਜੀ ਮੈਂ ਤੁਹਾਡੇ ਫੇਰ ਇੱਕ ਸਵਾਲ ਪੁੱਛੂਗੀ ਕੁੜੀਆਂ ਅਸੀਂ ਜਦੋਂ ਕਿਸੇ ਘਰੇ ਤੋੜਨੀਆਂ ਹੁੰਦੀਆਂ ਨੇ ਇਹ ਬੜੀ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ ਕੁੜੀਆਂ ਨੂੰ ਸੋਹਣਾ ਚੰਗਾ ਪਰਿਵਾਰ ਮਿਲ ਜੇ ਤੁਸੀਂ ਵੀ ਕਮਲ ਇਸ ਚੀਜ਼ ਨਾਲ ਅਗਰੀ ਕਰੋਗੇ ਕਿ ਭੈਣਾਂ ਵਾਸਤੇ ਅਸੀਂ ਵਧੀਆ ਤੋਂ ਵਧੀਆ ਮੁੰਡਾ ਜਿਹੜਾ ਵੀ ਰੱਬ ਚਾਹਵੇ ਜਾਂ ਦੇਵੇ ਉਹ ਅਸੀਂ ਚਾਹੁੰਦੇ ਹਾਂ ਤੇ ਬੀਬੀ ਜੀ ਤੁਸੀਂ ਮੈਨੂੰ ਦੱਸੋ ਕਿ ਜਦੋਂ ਸੰਦੀਪ ਜੀ ਨੇ ਵਿੱਕੀ ਦਾ ਰਿਸ਼ਤਾ ਪ੍ਰੀਤੀ ਵਾਸਤੇ ਗੱਲ ਕੀਤੀ ਘਰੇ ਕਿ ਆਪਾਂ ਉੱਥੇ ਹੀ ਪ੍ਰੀਤ ਦਾ ਕਰਨਾ ਤੁਸੀਂ ਆਰਾਮ ਨਾਲ ਮੰਨ ਗਏ ਸੀ ਅਸੀਂ ਪਰਿਵਾਰ ਸਾਰਾ ਹੀ ਖੁਸ਼ ਹੋ ਗਏ ਹਾਂ ਕਿਉਂਕਿ ਮੁੰਡਾ ਬਹੁਤ ਵਧੀਆ ਸੀ ਰੋਟੀ ਨਾ ਵਾਸਤਾ ਵਾ ਤਾਂ ਅਸੀਂ ਆਖਿਆ ਇਹੋ ਜਿਹਾ ਮੁੰਡਾ ਨੀ ਲੱਭਣਾ ਬਹੁਤੀ ਕਮਾਈ ਵਾਲਾ ਵੀ ਕੀ ਕਰਨਾ ਵਾ ਜੇ ਕੋਈ ਜੀ ਰੋਟੀ ਤੋਂ ਇਲਾਵਾ ਬਰਗਰ ਵੀ ਖਾ ਲੈਂਦੇ ਆ ਜਦੋਂ ਕਿਸੇ ਨੇ ਕਿਹਾ ਨਾ ਕਿ ਮੁੰਡਾ ਕੁਝ ਖਾਂਦਾ ਪੀਂਦਾ ਨੀ ਮੈਂ ਤਾਂ ਸਾਫ਼ ਨਾ ਕਰ ਦਿੱਤੀ ਮੈਂ ਜਿਹੜਾ ਖਾਂਦਾ ਪੀਂਦਾ ਹੀ ਨੀ ਉਹਨੇ ਕਰਨਾ ਹੀ ਕੀ ਆ ਬਾਅਦ ਚ ਪਤਾ ਲੱਗਾ ਨਹੀਂ ਯਾਰ ਉਹ ਮੀਟ ਸ਼ਰਾਬ ਨੀ ਖਾਂਦਾ ਤੇ ਅੰਕਲ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਤੇ ਆਂਟੀ ਜੀ ਤੁਸੀਂ ਵੀ ਜ਼ਰੂਰ ਸਾਥ ਦੇਣਾ ਕਿ ਜਿਹੜੇ ਸ਼ੁਰੂ ਤੋਂ ਇਹ ਰਿਸ਼ਤੇ ਬਣੇ ਆ ਨਾ ਜੀਜਾ ਜਵਾਈ ਫੁੱਫੜ ਇਹ ਸਾਰੇ ਰਿਸ਼ਤੇ ਅਸੀਂ ਪੁਰਾਣੇ ਜ਼ਮਾਨਿਆਂ ਦੀ ਗੱਲ ਕਰੀਏ ਤੇ ਸਾਰਿਆਂ ਨੂੰ ਇਹ ਟੈਨਸ਼ਨ ਰਹਿੰਦੀ ਸੀ ਕਿਤੇ ਜਵਾਈ ਨਾ ਰੁੱਸ ਜੇ ਕਿਤੇ ਜੀਜਾ ਨਾ ਰੁੱਸ ਜੇ ਕਿਤੇ ਫੁੱਫੜ ਨਾ ਰੁੱਸ ਜੇ ਤੇ ਤੁਹਾਡਾ ਜਵਾਈ ਭਾਈ ਕਦੀ ਰੁੱਸਿਆ ਤੁਹਾਡੇ ਨਾਲ ਇਹ ਸ਼ੁਰੂ ਤੋਂ ਛੋਟਾ ਹੁੰਦਾ ਹੀ ਸਾਡੇ ਕੋਲ ਰਿਹਾ ਨਾ ਤੇ ਇਹਨੂੰ ਇਹ ਲੱਗਾ ਵੀ ਇਹ ਮੇਰੇ ਸਹੁਰੇ ਨੇ ਤੇ ਨਾ ਸਾਨੂੰ ਜਾਪਦਾ ਵਾ ਵੀ ਇਹ ਸਾਡਾ ਜਵਾਈ ਆ ਉਹ ਕਿਤਨਾ ਵਾ ਵੀ ਇਹਦੀ ਮਾਮੀ ਆ ਤੇ ਕਵਲ ਦੀ ਭੂਆ ਵਾ ਇਹਨਾਂ ਦੇ ਘਰੇ ਸਾਰੇ ਰਿਸ਼ਤੇ ਆਪਸ ਦੇ ਵਿੱਚ ਸੱਚੀ ਖਿਚੜੀ ਹੋਈ ਤੇ ਕਮਲ ਜੀ ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਤੁਸੀਂ 3 ਸਾਲਾਂ ਚ ਨਹੀਂ ਸਮਝ ਮੈਂ ਤੁਹਾਡੇ ਸਾਰੇ ਰਿਸ਼ਤੇਦਾਰ ਜਿਹੜੇ ਆਪਸ ਚ ਤੁਸੀਂ ਜੁੜੇ ਹੋਏ ਹੋ ਮੈਂ ਨਹੀਂ ਸੱਚੀ ਸਮਝ ਸਕਦੀ ਮਾਮੀ ਜੀ ਤੁਸੀਂ ਜਦੋਂ ਗੇਟ ਤੇ ਦੇਖਿਆ ਕਿ ਇਹਦੇ ਅੰਦਰ ਹੀ ਆਲਰੇਡੀ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਉਦੋਂ ਕੀ ਰਿਐਕਸ਼ਨ ਸੀ ਫਿਰ ਇੱਥੋਂ ਜਾਣ ਤੋਂ ਬਾਅਦ ਮੈਨੂੰ ਥੋੜੀ ਹੈਗੀ ਸੀ ਘਬਰਾਹਟ ਕਿਤੇ ਨਾ ਹੋ ਗਈ ਤੇ ਮੁਸ਼ਕਲ ਹੋ ਜਾਣਾ ਮੈਨੂੰ ਬਿਨਾਂ ਰਿਸ਼ਤਾ ਕਰਾਏ ਬਾਹਰ ਜਾਣਾ ਪੈਣਾ ਉਹ ਵੀ ਉਹ ਜਿਹੜਾ ਮੈਂ ਆਪਣੇ ਦਿਲੋਂ ਮੰਗਿਆ ਹੋਇਆ ਰਿਸ਼ਤਾ ਆ ਤੇ ਉਹ ਛੱਡ ਕੇ ਜਾਣਾ ਲੇਕਿਨ ਨਹੀਂ ਬਾਬਾ ਜੀ ਦੀ ਕਿਰਪਾ ਰਹੀ ਸਾਰੇ ਹੀ ਮੰਨ ਗਏ ਇਸ ਚੀਜ਼ ਨੂੰ ਉਹ ਗੱਲ ਹੋ ਗਈ ਮੈਂ ਪਿੰਡ ਨਾਨਕੇ ਰਹਿੰਦਾ ਸੀ ਤੂੰ ਭੂਆ ਕੋਲੇ ਸ਼ਹਿਰਾਂ ਵਾਲੇ ਲੋਕਾਂ ਦੀ ਇਹ ਸੋਚਣੀ ਹੁੰਦੀ ਆ ਕਿ ਪਿੰਡਾਂ ਵਾਲਿਆਂ ਦੀ ਸੋਚ ਬਹੁਤ ਜਾਣਗੀ ਪਿਛਾਂ ਖਿੱਚੂ ਸੋਚ ਆ ਪਿੰਡਾਂ ਵਾਲਿਆਂ ਦੀ ਤੇ ਮੈਂ ਚਲੋ ਅੱਜ ਇਹ ਸ਼ੋਅ ਰਹੀ ਸਾਰਿਆਂ ਨੂੰ ਦੱਸਦਾ ਕਿ ਸਾਡੀ ਪਿੰਡਾਂ ਵਾਲਿਆਂ ਦੀ ਸੋਚ ਜਿਹੜੀ ਆ ਪਿਛਾਂ ਖਿੱਚੂ ਨਹੀਂ ਆ ਉਹ ਕਿਵੇਂ ਮੈਂ ਦੱਸਦਾ ਵਾਂ ਇਹ ਮੇਰੀ ਸਿਸਟਰ ਆ ਤੇ ਇਹਨੇ ਆਪਣੇ ਮੂੰਹੋਂ ਬੋਲ ਕੇ ਵਿੱਕੀ ਨੇ ਕਿਹਾ ਕਿ ਮੈਨੂੰ ਇਹ ਰਿਸ਼ਤਾ ਚਾਹੀਦਾ ਠੀਕ ਹੈ ਨਾ ਕਿਤੇ ਨਾ ਕਿਤੇ ਲਵ ਅਟਰੈਕਸ਼ਨ ਹੈਗੀ ਸੀ ਠੀਕ ਹੈ ਤੇ ਮੈਂ ਐਜ਼ ਏ ਬ੍ਰਦਰ ਇਸ ਗੱਲ ਨੂੰ ਮੈਂ ਐਗਰੀ ਕਰਦਾ ਵਾਂ ਪ੍ਰੋਬਲਮ ਪਤਾ ਕੀ ਹੁੰਦੀ ਹੈ ਸਾਡੇ ਸਮਾਜ ਦੀ ਕਿ ਵਿਆਹ ਤੋਂ ਬਾਅਦ ਵਿੱਚ ਸਾਡੀ ਕੁੜੀ ਉਸ ਮੁੰਡੇ ਨੂੰ ਪਸੰਦ ਕਰੇ ਉਸ ਨੂੰ ਪਿਆਰ ਕਰੇ ਪਰ ਵਿਆਹ ਤੋਂ ਪਹਿਲਾਂ ਜੇ ਪਸੰਦ ਕਰਦੀ ਹੈ ਤਾਂ ਫਿਰ ਸਾਨੂੰ ਸਾਡੀ ਦੁਸ਼ਮਣੀ ਆ ਉਹਦੇ ਨਾਲ ਜੀ ਬਿਲਕੁਲ ਇਹ ਤਾਂ ਬਹੁਤ ਹੀ ਸੋਹਣੀ ਗੱਲ ਕੀਤੀ ਹੈ ਤੁਸੀਂ ਕਮਲ ਜੀ ਤੇ ਬਾਕੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਿਵੇਂ ਕਿ ਤੁਹਾਡੀ ਵੀ ਬੇਟੀ ਆ ਤੇ ਤੁਸੀਂ ਆਪਣੇ ਨਾਨ ਨੂੰ ਵੀ ਆਪਣੀ ਬੇਟੀ ਦੀ ਤਰ੍ਹਾਂ ਇੱਕ ਤਰੀਕੇ ਨਾਲ ਜਿਵੇਂ ਤੁਹਾਡੀ ਭਰਜਾਈ ਨੇ ਤੁਹਾਨੂੰ ਬੇਟੀ ਵਾਂਗੂ ਹੀ ਪਾ ਲਿਆ ਸੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਧੀਆਂ ਦੀ ਖੁਸ਼ੀਆਂ ਤਾਂ ਸਾਰਿਆਂ ਨੂੰ ਖੁਸ਼ੀਆਂ ਨਾਲ ਹੀ ਮਨਾਉਣੀਆਂ ਚਾਹੁੰਦੀਆਂ ਲੇਕਿਨ ਹੁਣ ਵਾਰੀ ਹੈ ਬੁਝਾਰਤਾਂ ਦੀ ਸੰਦੀਪ ਜੀ ਤੁਸੀਂ ਇੱਕ ਚੀਜ਼ ਤੋਂ ਤਾਂ ਅਗਰੀ ਕਰਦੇ ਹੋ ਨਾ ਕਿ ਕੁੜੀਆਂ ਦਾ ਚਾਹੇ ਮੁੰਡਿਆਂ ਦਾ ਆਪਣੀਆਂ ਦਾਦੀਆਂ ਤੇ ਨਾਨੀਆਂ ਨਾਲ ਬਹੁਤ ਪਿਆਰ ਹੁੰਦਾ ਕਿਉਂਕਿ ਅਸੀਂ ਉਹਨਾਂ ਤੋਂ ਸੁਣਦੇ ਹਾਂ ਨਿੱਕੇ ਹੁੰਦੇ ਕਹਾਣੀਆਂ ਬਾਤਾਂ ਬੁਝਾਰਤਾਂ ਸੋ ਮੈਂ ਤੁਹਾਨੂੰ ਇੱਕ ਬੁਝਾਰਤ ਪੁੱਛੂਗੀ ਤੁਸੀਂ ਉਹਦਾ ਜਵਾਬ ਦੇਣਾ ਠੀਕ ਹੈ ਸੋ ਬੁਝਾਰਤ ਹੈ ਜੀ ਇੱਕ ਬਹਾਦਰ ਐਸਾ ਵੀਰ ਗਾਣਾ ਗਾ ਕੇ ਮਾਰੇ ਤੀਰ ਕੋਈ ਪੰਛੀ ਦਾ ਨਾ ਕੁਛ ਕਲੋਜ਼ ਕਲੋਜ਼ ਹੋ ਸਕਦਾ ਫੂਨ ਨਹੀਂ ਭੂੰਡ ਹੋ ਸਕਦਾ ਹੈ ਜਾਂ ਮੱਛਰ ਹੋ ਸਕਦਾ ਹੁਣ ਪ੍ਰੀਤੀ ਜੀ ਦੀ ਵਾਰੀ ਹੈ ਪ੍ਰੀਤੀ ਜੀ ਗੈਸ ਕਰਨਗੇ ਕਿ ਦੋਨਾਂ ਚੋਂ ਕੀ ਹੈ ਹਾਏ ਨਹੀਂ ਮੇਰੀ ਵਹਿਣੀ ਗੈਸ ਕਰੀ ਤੂੰ ਤੇ ਆਉਂ ਡਰ ਗਈ ਜਿਹੜਾ ਬੰਦੂਕ ਰੱਖਦੀ ਹੁੰਦੀ ਆ
इस बुझारा का जरा जवाब है संदीप जी बिल्कुल कमलजीत ने सही दिता है जी आंसर मच्छर क्योंकि मच्छर ही है जरा कान दे बिल्कुल लागे आके अपनी जी आवाज है सुना फिर सानू ही डंग मार दिता है। सो अगली बुझारत है जी टेडी मेडी नालियां विच मिठा मिठा पानी जलेबी क्या बात है क्या बात है बहुत बेटे मौज कर दी बेटे ए सही जवाब है जी जलेबियां। सो गल्ला बातों दे सिलसिले नु अगे वधाने आ वाकई तुहाडा परिवार है तो पूरा रौनक मेले आला ते हुन मेरे अगले सेगमेंट दा नाम भी है रौनक मेला ते फिर खेडिए चलो जी। ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਸਾਡੇ ਸਾਹਮਣੇ ਕੁਝ ਗਲਾਸਿਸ ਪਏ ਹੈ ਤੇ ਪਏ ਹੈ ਕੁਝ ਗੁਬਾਰੇ। ਸੋ ਕਰਨਾ ਕੀ ਹੈ ਸੰਦੀਪ ਜੀ ਮੈਂ ਤੁਹਾਨੂੰ ਰੂਲ ਸਮਝਾ ਦਾ ਕਿ ਸੰਦੀਪ ਜੀ ਤੁਸੀਂ ਆਪਣੀ ਟੀਮ ਵੱਲੋਂ ਤੇ ਕਮਲ ਜੀ ਤੁਸੀਂ ਆਪਣੀ ਟੀਮ ਵੱਲੋਂ ਇੱਕ ਇੱਕ ਗੁਬਾਰਾ ਚੁੱਕਣਾ ਹੈ ਉਹਨੂੰ ਗਿਲਾਸ ਦੇ ਵਿੱਚ ਰੱਖ ਕੇ ਫੁਲਾਉਣਾ ਹੈ ਫਿਰ ਉਹ ਫੁੱਲੇ ਹੋਏ ਗੁਬਾਰੇ ਤੇ ਗਿਲਾਸ ਨੂੰ ਚੁੱਕ ਕੇ ਗਿਲਾਸਾਂ ਦਾ ਢੇਰ ਇੱਕ ਬਣਾਉਣਾ ਮਤਲਬ ਗਿਲਾਸ ਦੇ ਵਿੱਚ ਗਿਲਾਸ ਤੁਸੀਂ ਪਾਉਣਾ ਲੇਕਿਨ ਗੁਬਾਰਾ ਗਿਲਾਸ ਦੇ ਵਿੱਚ ਫਸਾ ਕੇ। ਸੋ ਗੇਮ ਤੁਹਾਨੂੰ ਸਮਝ ਆ ਗਈ ਹੈ ਤੇ ਸ਼ੁਰੂ ਕਰੀਏ ਫਿਰ। गेम शुरू करने तो पहले एक चीज मैं दस दा दूसरे हाथ का प्रयोग बिल्कुल नहीं करना है। दूसरे टीम मेंबर्स तुसी मदद कर सकते हो। बस सिर्फ दो ग्लासा तो फर्क पिया मतलब फिर भी चेक कर लड़े तसली ले एक दो तीन चार पांच छह सात आठ नौ दस ग्यारह बारह तेरह एक दो तीन चार पांच छह सात आठ नौ दस ग्यारह बारह तेरह चौदह पंद्रह ते सोलह। सो इस राउंड दे ते इस गेम दे क्लियरली विनर ने कमल जी दी टीम। सो संदीप जी हुण अगले पार्टिसिपेंट्स नूं बुलाने हैं मतलब तुहाडे अगले परिवारिक मैंबरां नूं। सो अगले पार्टिसिपेंट्स रेडी है ते फिर तुहानूं गेम तां पता ही है करिए शुरू। चलो जी चली वेरी गुड वेरी गुड वेरी गुड वेरी गुड मेरी कसर कड लो कड लो कड लो जिन्ने ही ग्लास वध जित गए ना। सो क्लियरली विनर है जी संदीप जी दी टीम। सो ए टाई हो गया है हुन फैसला ए दोना मिया बीबी दे हाथ विच है हुन ते बारी है हुन तुहाडी दोना दी। चलो जी फिर हो जाओ शुरू। शाबाश शाबाश वेरी गुड वेरी गुड चल चल बस बस वेरी गुड पाजी वेरी गुड वेरी गुड अगे नो 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 तुसी कुछ नहीं करना अगे जा रहे हो वेरी
ਐਕਸੀਲੈਂਟ ਐਕਸੀਲੈਂਟ ਉਹਨਾਂ ਕਹਿਆ ਇਕੱਠਿਆਂ ਵਿੱਚ ਦੋਵੇਂ ਪਾਏ ਚੁੱਕ ਦੋ ਦੋਵੇਂ ਦੋ ਐਣੇ ਇਕੱਠੇ ਨਹੀਂ ਨਹੀਂ ਚਲੋ 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 ਵੈਰੀ ਗੁੱਡ ਆ ਜੀ ਬਸ ਨੇੜੇ ਹੀ ਆ ਕੰਮ ਚੁੱਕੋ ਇਹਨਾਂ ਦੋਵਾਂ ਦੇ ਵਿੱਚ ਦੋਵੇਂ ਸੀ ਚਲੋ ਚਲੋ ਵੈਰੀ ਗੁੱਡ ਵੈਰੀ ਗੁੱਡ ਹੱਥ ਵੀ ਸ਼ਾਬਾਸ਼ 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 ਭਾਈ ਵੈਰੀ ਗੁੱਡ ਮੈਨੂੰ ਤੁਹਾਡੇ ਮਾਂ ਚੀਟਿੰਗ 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 ਇੱਕ ਗਲਾਸ ਕੱਢ ਦੋ ਇੱਕ ਗਲਾਸ ਕੱਢ ਦੋ ਲਓ ਲਓ ਅਸੀਂ ਫੜ ਲਿਆ ਤੈਨੂੰ ਕਹਿੰਦੇ ਕਿ ਕਦੇ ਵੀ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ ਇਸ ਗੇਮ ਦੇ ਵਿਨਰ ਹੈ ਸੰਦੀਪ ਜੀ ਦੀ ਟੀਮ ਇਸ ਪਰਿਵਾਰ ਦੇ ਸਾਰੇ ਮੈਂਬਰਸ ਐਕਟਰਸ ਤਾਂ ਹੈਗੇ ਨੇ ਇਹ ਤਾਂ ਮੈਂ ਮੰਨ ਲਿਆ ਪਰ ਸਿੰਗਰਸ ਹੈਗੇ ਕਿ ਨਹੀਂ ਹੁਣ ਦੇਖਦੇ ਆ ਕਿਉਂਕਿ ਹੁਣ ਵਾਰੀ ਹੈ ਅੰਤਾਕਸ਼ਰੀ ਖੇਡਣ ਦੀ ਤੇ ਮੈਂ ਰੂਲਸ ਤੁਹਾਨੂੰ ਗੇਮ ਦੇ ਸਮਝਾ ਦਿੰਦੀ ਹਾਂ ਮੈਂ ਤੁਹਾਨੂੰ ਕਿਸੇ ਵੀ ਗਾਣੇ ਦੇ ਵਿੱਚੋਂ ਤਿੰਨ ਕਲੂਜ਼ ਦਊਂਗੀ ਤਿੰਨ ਕੋਈ ਸ਼ਬਦ ਦੱਸੂਗੀ ਜਿਹੜੀ ਵੀ ਟੀਮ ਨੇ ਪਹਿਲਾਂ ਗੈਸ ਕੀਤਾ ਉਹ ਆਪਣਾ ਹੱਥ ਖੜਾ ਕਰੇਗੀ ਤੇ ਉਹ ਟੀਮ ਜਿਹੜੀ ਹੈ ਗਾਣਾ ਗਾਏਗੀ ਕਲੂ ਮੈਂ ਤੁਹਾਨੂੰ ਦਿੰਦੀ ਹਾਂ ਹੁਣ ਤੁਹਾਡਾ ਪਹਿਲਾ ਹਿੰਟ ਹੈ ਜੱਟ ਪਿਆਰ ਯਮਲਾ ਜੱਟ ਜਮਲਾ ਪਗਲਾ ਦੀਵਾਨਾ ਹੋ ਰੱਬਾ ਇਤਨੀ ਸੀ ਬਾਤ ਨਾ ਜਾਣਾ ਕਿ ਉਹ ਮੈਨੂੰ ਪਿਆਰ ਕਰਦੀ ਹੈ ਸਾਡੇ ਉੱਤੇ ਉਹ ਮਰਦੀ ਹੈ ਸੋ ਹੁਣ ਬਾਰੀ ਹੈ ਜੀ ਅਗਲੇ ਹਿੰਟ ਦੀ ਚਸ਼ਮਾ ਮੁਖੜੇ ਧੁੰਮਾ ਵਿੱਕੀ ਜੀ ਨੇ ਗੈਸ ਕੀਤਾ ਸੀ ਵਿੱਕੀ ਜੀ ਕਿਹੜਾ ਗਾਣਾ ਜਲਦੀ ਦੱਸੋ ਸਟਾਰਟਿੰਗ ਭੁੱਲ ਗਈ ਸੰਦੀਪ ਜੀ ਤੁਹਾਡੀ ਬਾਰੀ ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ ਤੂੰ ਚੰਡੀਗੜ੍ਹ ਤੋਂ ਆਈ ਨੀ ਤੈਨੂੰ ਵੇਖ ਕੇ ਹੋ ਕੇ ਪਰਦੇ ਨੇ ਘਰ ਚੌਂਕਾ ਵਿੱਚ ਸਵਾਈ ਨੀ ਟੋਲੀ ਦੇ ਕਾਲਾ ਦਿਲ ਕੁੜੀਏ ਟੋਲੀ ਦੇ ਕਾਲਾ ਦਿਲ ਕੁੜੀਏ ਜਿਤਾ ਗਏ ਚੰਦੇ ਟੁਕੜੇ ਤੇ ਤੈਨੂੰ ਕਾਲਾ ਚਸ਼ਮਾ ਤੈਨੂੰ ਕਾਲਾ ਚਸ਼ਮਾ ਜਚਦਾ ਏ ਜਚਦਾ ਏ ਗੋਰੇ ਮੁਖੜੇ ਤੇ ਸੋ ਅਗਲਾ ਹਿੰਟ ਹੈ ਚੇਤਕ ਬੇਬੇ ਜੀ ਜ਼ਿੰਮੇਦਾਰ ਚੇਤਕ ਲਿਆ ਸੀ ਪੱਲੇ ਅੱਡ ਕੇ ਬਾਪੂ ਜੀ ਦੇ ਹਾੜੇ ਹੂੜੇ ਕੱਢ ਕੇ ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜੀ ਵੀ ਦਾਰ ਕਿੱਥੋਂ ਲੈ ਕੇ ਦੇਵੇ ਚਲੋ ਪ੍ਰੀਤ ਜੀ ਅਗਲਾ ਜਿਹੜਾ ਹਿੰਟ ਹੈ ਉਹ ਹੈਗਾ ਪਲਾਜ਼ੋ ਗੱਭਰੂ ਨਿਕਲੀ ਤੇਰਸੇ ਦਾ ਜਾਪੇ ਤੂੰ ਫਰੂਟ ਸੋਣੀਏ ਨੀ ਲੱਗੇ ਕਿਸੇ ਕਰੀ ਦਾ ਸਰੂਪ ਸੋਣੀਏ ਤੇਰਸੇ ਦਾ ਜਾਪੇ ਤੂੰ ਫਰੂਟ ਸੋਣੀਏ ਨੀ ਲੱਗੇ ਕਿਸੇ ਕਰੀ ਦਾ ਸਰੂਪ ਸੋਣੀਏ ਦੇਖਾਂਗੇ ਹੁਸਨ ਕੀ ਕੀ ਕਾਰੇ ਕਰੂਗਾ ਪਹਿਲੇ ਤੋੜਦੀ ਸ਼ਰਾਬ ਵਾਂਗੂ ਨਿਕਲੀ ਦਾ ਜੇ ਤਿੰਨ ਚਾਰ ਗੱਭਰੂ ਹਰਾਬ ਕੀਤੇ ਨਾ ਫਾਇਦਾ ਕੀ ਭਲਾ ਜੋ ਪਾ ਕੇ ਨਿਕਲੀ ਦਾ ਸੋ ਅਗਲਾ ਹਿੰਟ ਹੈਗਾ ਕਿਸਮਤ ਜੱਗ ਸਾਰੇ ਕਿਸਮਤ ਬਦਲਦੀ ਵੇਖੀ ਮੈਂ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਪੈਰਾਂ ਬਦਲਦਾ ਵੇਖਿਆ ਸਭ ਕੁਛ ਬਦਲ ਗਿਆ ਮੇਰਾ ਸਭ ਕੁਛ ਬਦਲ ਗਿਆ ਮੇਰਾ ਚੱਲ ਚਰ ਹੀ ਜਾਵਾਂਗੀ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤਾਂ ਮਰ ਹੀ ਜਾਵਾਂਗੀ ਸੋ ਅਗਲਾ ਹਿੰਟ ਹੈ ਜੀ ਤੂੰ ਹੀ ਕਰਦੇ ਯਾਦ ਇਹ ਟਾਈ ਹੋ ਗਿਆ ਚਲੋ ਜਿੱਤੇ ਤਾਂ ਵੈਸੇ ਵੀ ਤੁਸੀਂ ਹੋਏ ਸਾਰੇ ਇਕੱਠੇ ਗਾ ਲਓ ਚਲੋ ਬੋਲੋ ਤੁਸੀਂ ਕੀ ਕਰਦੇ ਜੇ ਮੈਂ ਤੁਹਾਨੂੰ ਯਾਦ ਕਰਨ ਗਿਆ ਸਾਡੀ ਮੁੱਠੀ ਚ ਜਾਨ ਚੰਨਾ ਸਾਡੀ ਮੁੱਠੀ ਚ ਜਾਨ ਚੰਨਾ ਸੋ ਇੱਥੇ ਹੀ ਅੰਤਾਕਸ਼ਰੀ ਰਾਊਂਡ ਜਿਹੜਾ ਖਤਮ ਹੁੰਦਾ ਸੋ ਇਸ ਦੇ ਨਾਲ ਹੀ
ਅੱਜ ਇੰਤਾਕਸ਼ਰੀ ਰਾਊਂਡ ਦੇ ਜਿਹੜੇ ਵਿਨਰ ਹੈ ਉਹ ਬਣੇ ਨੇ ਸੰਦੀਪ ਜੀ ਦੀ ਟੀਮ। ਸੋ ਇਹ ਬਣਦੀ ਹੈ ਜੀ ਸਾਡੀ ਸੁਪਰ ਸਟਾਰ ਨੂੰ। ਬਸ ਇੰਨਾ ਹੀ ਨਹੀਂ ਹੈ, ਤੁਹਾਡੇ ਵਾਸਤੇ ਮੇਰੇ ਕੋਲ ਇੱਕ ਗਿਫਟ ਐਂਪਰ ਵੀ ਹੈ। ਸੰਦੀਪ ਜੀ ਤੁਹਾਨੂੰ ਮਿਲਦਾ ਹੈ ਵੈਲਬੀਇੰਗ ਵੱਲੋਂ ਇਹ ਪਿਆਰਾ ਜਿਹਾ ਗਿਫਟ ਹੈਂਪਰ। ਵੈਲਬੀਇੰਗ ਨਿਊਟ੍ਰੀਸ਼ਨ ਇੱਕ ਸਮਾਰਟ ਨਿਊਟ੍ਰੀਸ਼ਨ ਬ੍ਰਾਂਡ ਹੈ ਜੋ ਕਿ ਨਵੇਂ ਅਤੇ ਨਵੀਨਤਾ ਭਰੇ ਢੰਗ ਨਾਲ ਤੁਹਾਡੇ ਸਰੀਰ ਨੂੰ ਲੋੜੀਂਦਾ ਪੋਸ਼ਣ ਦਿੰਦਾ ਹੈ। ਇਸ ਦਾ ਸਕਿਨ ਫਿਊਲ ਪ੍ਰੋਡਕਟ ਨਮੀ ਨੂੰ ਭਰਨ ਤੇ ਮੁਹਾਸਿਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਨਾਲ ਸਕਿਨ ਨੂੰ ਚਮਕਦਾਰ ਬਣਾ ਕੇ ਐਂਟੀ ਏਜਿੰਗ ਬੈਨੀਫਿਟਸ ਵੀ ਪ੍ਰੋਵਾਈਡ ਕਰਦਾ ਹੈ। ਬਹੁਤ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਉਮੀਦ ਕਰਦੀ ਹਾਂ ਕਿ ਸੰਦੀਪ ਜੀ ਤੁਹਾਨੂੰ ਵੀ ਅੱਜ ਬਹੁਤ ਮਜ਼ਾ ਆਇਆ ਹੋਏਗਾ। ਬਹੁਤ ਜ਼ਿਆਦਾ ਇੰਜੋਏ ਕੀਤਾ, ਬਹੁਤ ਮਜ਼ਾ ਆਇਆ ਸੱਚੀ। ਮੈਨੂੰ ਵੀ ਸੰਦੀਪ ਜੀ ਤੁਹਾਡੇ ਪਰਿਵਾਰ ਨੂੰ ਜਾਣ ਕੇ, ਤੁਹਾਡੀਆਂ ਇੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਜਾਣ ਕੇ ਸੱਚੀ ਬੜਾ ਮਜ਼ਾ ਆਇਆ। ਸੋ ਸੁਪਰ ਸਟਾਰ ਨੂੰ ਸੀਜ਼ਨ 2 ਦੇ ਅੱਜ ਦੇ ਐਪੀਸੋਡ ਦੀ ਸਾਡੀ ਸੁਪਰ ਸਟਾਰ ਨੂੰ ਸੰਦੀਪ ਜੀ ਮੈਂ ਤੁਹਾਡੇ ਤੋਂ ਅਲਵਿਦਾ ਲੈਣੀ ਆ ਤੇ ਮਿਲਦੇ ਹਾਂ ਹੁਣ ਅਗਲੇ ਐਪੀਸੋਡ ਦੇ ਵਿੱਚ। ਤੁਸੀਂ ਦੇਖਦੇ ਰਹੋ ਸੁਪਰ ਸਟਾਰ ਨੂੰ ਸੀਜ਼ਨ 2। ਸਤਿ ਸ਼੍ਰੀ ਅਕਾਲ।